सुन लो यार, इंसाफ तो यही है। अच्छा तो यार एक एक होके गल मैनू करो, दसो सुकून ना गल करो कि प्लीज। जेडे 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 ने ना अहले किताब यानी कि यहूदी उन्हां दे नाल निकाह जेड़ा वे वो जायज़ है, उन्हां दे नाल निकाह अच्छा जायज़ है। हुण मैनू दसो कि क्या मुरताद दे नाल निकाह जायज़ है? सर जी ओ आंदे ने साडी किताब ਭਾਈ ਕੁਰਾਨ ਹੈ, ਯਾਰ ਉਹ ਦੋਵੇਂ ਕੁਰਾਨ ਨਾ ਹੀ ਬੋਲੋ ਮੰਨਦੇ ਨੇ ਬਾਈ, ਇੱਕ ਕੁਰਾਨ ਨੂੰ। ਬੰਦਾ ਬੋਲੋ ਉਹ ਬਾਈ, ਇੱਕ ਠੀਕ ਬੰਦਾ ਬੋਲੋ। ਬਾਈ ਠੀਕ ਆ, ਤੁਸੀਂ ਕਿਹਾ ਅਹਲੇ ਕਿਤਾਬ ਨਾਲ ਨਿਕਾਹ ਜਾਇਜ਼ ਹੈ ਤੇ ਜੀ ਦੂਸਰਿਆਂ ਜੀ ਨਾਲ ਨਹੀਂ ਜਾਇਜ਼। ਤੁਸੀਂ ਇਹ ਦੋਵਾਂ ਚੀਜ਼ਾਂ ਦੀ ਮੁਰਤੱਦ ਮੁਰਤੱਦ ਭਾਏ ਨੇ, ਮੁਰਤੱਦ ਦੀ ਠੀਕ ਗੱਲ ਹੈ, ਹੈ, ਮੁਸ਼ਰਕ ਦੀ ਮੁਰਤੱਦ ਗੱਲ ਹੈ, ਹੋ ਗਏ, ਜਿਹੜਾ ਮੁਰਤੱਦ ਹੋ ਮੁਸ਼ਰਕ ਗਏ ਹੈ ਜਾਂ ਮੁਰਤੱਦ ਹੈ, ਉਹਦੇ ਨਾਲ ਨਿਕਾਹ ਜਾਇਜ਼ ਹੈ, ਇਹਦੀ ਦਲੀਲ ਹੁਣ ਤੁਸੀਂ ਪੇਸ਼ ਕਰਨੀ ਹੈ। ਮੈਂ ਤੁਹਾਨੂੰ ਨਹੀਂ ਕੁਰਾਨ ਤੋਂ ਹਵਾਲਾ ਦਿੱਤਾ ਹੈ, ਅੱਲਾਹ ਤਾਲਾ ਦੀ ਜ਼ਾਤ ਨੇ ਕੁਰਾਨ 'ਚ ਹੁਕਮ ਦਿੱਤਾ ਕਿ ਤੁਸੀਂ ਅਹਲੇ ਕਿਤਾਬ ਦੇ ਨਾਲ ਨਿਕਾਹ ਕਰ ਸਕਦੇ ਹੋ। ਹੁਣ ਠੀਕ ਤੁਸੀਂ ਹੈ, ਇਹ ਹਵਾਲਾ ਪੇਸ਼ ਕਰਨਾ ਹੈ ਕਿ ਜਿਹੜਾ ਮੁਰਤੱਦ ਹੈ, ਜਿਹੜਾ ਇਸਲਾਮ ਤੋਂ ਫਿਰ ਗਿਆ ਹੈ, ਜਾਂ ਜਿਹੜਾ ਬੰਦਾ ਮੁਸ਼ਰਕ ਹੈ, ਉਹਦੇ ਨਾਲ ਨਿਕਾਹ ਹੋ ਅੱਛਾ ਸਕਦਾ ਹੈ, ਇਹਦਾ ਹਵਾਲਾ ਹੁਣ ਜਿਹੜੇ, ਤੁਸਾਂ ਦੇਣਾ ਹੈ। ਅੱਛਾ ਇੱਕ ਮਿੰਟ ਇੱਕ ਮਿੰਟ, ਖੈਰ ਜਿਹੜੇ ਜੋ ਮੇਰੀ ਗੱਲ ਯਹੂਦੀ ਸੁਣ ਨੇ, ਲਓ ਨਾ, ਹੁਣ ਜਿਹੜੇ ਮੇਰੀ ਗੱਲ ਮੈਂ ਸੁਣ ਲਓ ਨਾ, ਤੁਹਾਡੀ ਦਾ ਜਵਾਬ ਦੇਣਾ, ਹੁਣ ਜਵਾਬ ਸੁਣੋ, ਜੀ ਚੁੱਪ ਕਰਕੇ ਜਵਾਬ ਜੀ ਸੁਣੋ ਬਾਈ ਜਾਨ। ਜੀ ਜਿਹੜੇ ਯਹੂਦੀ ਨੇ, ਉਹ ਜਿਹੜੇ ਕਾਦੀਆਨੀ ਨੇ, ਉਹ ਮੁਸਲਮਾਨਾਂ ਨੂੰ ਮੁਸਲਮਾਨ ਕਹਿੰਦੇ ਨੇ, ਹਜ਼ੂਰ ਪਾਕ ਨੂੰ ਨਬੀ ਮੰਨਦੇ ਨੇ, ਉਹ ਮੁਸ਼ਰਕ ਹੋ ਗਏ। ਜਿਹੜਾ ਹਜ਼ੂਰ ਪਾਕ ਨੂੰ ਨਬੀ ਨਹੀਂ ਮੰਨਦਾ, ਠੀਕ ਆ, ਝੂਠ ਉਹ ਬੋਲ ਅਹਲੇ ਰਹੇ ਆ ਕਿਤਾਬ ਭਾਈ ਹੈ ਆਪ, ਤੇ ਉਹਦੇ ਨਾਲ ਨਿਕਾਹ ਵੀ ਜਾਇਜ਼ ਹੈ, ਠੀਕ ਹੈ, ਝੂਠ ਬੋਲ ਇਹ ਰਹੇ ਆ ਕਹਿੰਦੇ ਭਾਈ ਤੁਸੀਂ? ਆਪ, ਝੂਠ ਬੋਲ ਰਹੇ ਹੈ। ਕਾਦੀਆਨੀ ਮੁਸਲਮਾਨੋਂ ਕੋ ਮੁਸਲਮਾਨ ਨਹੀਂ ਸਮਝਤੇ, ਔਰ ਨਾ ਹੀ ਉਨਕੇ ਬੜੇ ਨੇ ਸਰ ਜੀ, ਭਾਈ ਜਾਨ ਭਾਈ ਜਾਨ ਸਾਰੇ ਨਹੀਂ ਸਮਝਦੇ, ਅੱਧੇ ਸਮਝਦੇ ਨੇ, ਅੱਧੇ ਨਹੀਂ ਸਮਝਦੇ ਜਿਹੜੇ ਨੇ ਯਹੂਦੀ ਨਬੀ ਪਾਕ ਸੱਲ੍ਹਾ ਉਹਨੂੰ ਮੰਨਦੇ ਨੇ। ਇੱਕ ਭਾਈ ਹਸਨ ਜਾਨ ਸਰ, ਫਰਜ਼ ਭਾਈ ਫੈਜ਼ ਭਾਈ ਫੈਜ਼ ਮਿਰਜ਼ਾ ਸਾਹਿਬ ਨੇ, ਇੰਜੀਨੀਅਰ ਅਲੀ ਮਿਰਜ਼ਾ ਸਾਹਿਬ ਨੇ ਤਕਫੀਰ ਲਗਾਈ ਹੈ, ਔਰ ਵਜ੍ਹਾ ਬਿਆਨ ਕੀ ਹੈ ਕਿ ਮੈਂ ਕਾਦੀਆਨੀਓ ਪੇ ਸਿਰਫ ਇਸ ਲਈ ਤਕਫੀਰ ਲਗਾਤਾ ਹੂੰ ਕਿ ਵੋ ਹਮੇ ਕਾਫਿਰ ਕਹਤੇ ਹੈ। ਅਗਰ ਵੋ ਹਮੇ ਕਾਫਰ ਨਾ ਕਹੇ ਤੋ ਮੈਂ ਉਨਕੇ ਉੱਪਰ ਤਕਫੀਰ ਨਹੀਂ ਲਗਾਤਾ। ਆਪ ਇਸ ਚੀਜ਼ ਸੇ ਇਤਫਾਕ ਕਰਤੇ ਨਹੀਂ ਭਾਈ, ਇਸ ਤਰ੍ਹਾਂ ਨਹੀਂ ਕਿਹਾ, ਇੱਕ ਮਿੰਟ, ਉਹਨਾਂ ਨੇ ਇਹ ਵੀ ਕਿਹਾ, ਉਹਨਾਂ ਨੇ ਇਹ ਵੀ ਕਿਹਾ, ਉਹਨਾਂ ਨੇ ਕਿਹਾ ਜਿਹੜੇ ਲਾਹੌਰੀ ਕਾਦੀਆਨੀ ਨੇ ਉਹ ਮੁਸਲਮਾਨਾਂ ਨੂੰ ਮੁਸਲਮਾਨ ਕਹਿੰਦੇ ਨੇ, ਝੂਠ ਹੈ ਭਾਈ। ਜਬ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਖੁਦ ਆਪਣੇ ਨਾਮ ਮਾਨਨੇ ਵਾਲੇ ਕੋ ਜਹਨਮੀ ਕਾਬਲੇ ਮੁਆਖਜ਼ਾ ਔਰ ਪਤਾ ਨਹੀਂ ਕਿਆ ਕਿਆ ਲਿਖਤਾ ਰਹਾ, ਤੋ ਅਬ ਆਪ ਕਿਆ ਉਸਕੋ ਕਹਿ ਰਹੇ ਹੈ ਕਿ ਵੋ ਮੁਸਲਮਾਨ। ਯਾਰ ਅਸੀਂ ਕਾਦੀਆਨ, ਇੱਕ ਮਿੰਟ, ਬਰੇਲਵੀ ਦਿਓ, ਬਰੇਲਵੀ ਦਿਓ ਬੰਦੀਆਂ ਨੂੰ ਕਹਿੰਦੇ ਨੇ, ਬਰੇਲਵੀ ਕਹਿੰਦੇ ਨੇ ਕਿ ਤੁਸੀਂ ਕਿਸੇ ਦੂਸਰੇ ਬੰਦੇ ਦਾ ਬਿਆਨ ਨਹੀਂ ਸੁਣਨਾ, ਉਹ ਹਰਾਮ ਹੈ, ਠੀਕ ਹੈ, ਉਹਨੂੰ ਸ਼ੇਅਰ ਕਰਨਾ ਹਰਾਮ ਹੈ, ਕਿਸੇ ਕਾ ਨਬੂਤ ਕਾ ਦਾਵਾ ਹੈ ਔਰ ਜੋ ਨੇ ਸ਼ੱਕ ਕਰੇ ਉਹ ਵੀ ਕਾਫਰ ਹੈ। ਦਿਓ ਬੰਦੀਆਂ ਮੇਂ ਸੇ ਕਿਸੇ ਕਾ ਨਬੂਤ ਕਾ ਦਾਵਾ ਹੈ ਭਾਈ, ਇੱਕ ਮਿੰਟ, ਗੱਲ ਤਾਂ ਸੁਣ ਲਓ ਪੂਰੀ, ਬਰੇਲਵੀ ਹਾਂ ਜੀ ਹਾਂ ਜੀ ਬਾਈ ਜੀ, ਗੱਲ ਤਾਂ ਸੁਣ ਜੀ, ਉਹਨਾਂ ਦੀ ਕਿਤਾਬਾਂ ਹੀ ਲਿਖੀਆਂ ਹੋਈਆਂ ਸਭ ਚੀਜ਼ ਦੀ ਸੁਣ ਲਓ, ਟੌਪਿਕ ਤੇ ਆਏ ਆਪ, ਸ਼ਿਬਲੀ ਰਸੂਲ ਅੱਲਾਹ ਕਾ ਕਲਮਾ ਪੜ੍ਹਤਾ ਹੋ ਯਹਾਂ ਪਰ ਦਿਖਾਏ, ਇਸ ਟਿਕਟੌਕ ਪੇ ਦੇਖਾ ਆਪਨੇ, ਪਾਕਿਸਤਾਨ ਮੇਂ ਦੇਖਾ, ਐਵੇਂ ਆਪ ਜੇਲਮ ਕੀ ਅਕੈਡਮੀ ਕੇ ਕਮਰੇ ਮੇਂ ਬੈਠ ਕੇ ਝੂਠ ਬੋਲ ਰਹੇ ਹੈ ਭਾਈ, ਯਹਾਂ ਪਰ ਸਵਾਲੋਂ ਕਾ ਜਵਾਬ ਹੋਤਾ ਹੈ, ਆਪਕੇ ਐਸੇ ਅੱਛੇ ਨਸੀਬ ਨਹੀਂ ਹੈ, ਯੇ ਆਪਕੇ ਉਸੀ ਕੇ ਹਸਨ ਮਿਰਜ਼ਾ ਕੇ ਨਸੀਬ ਅੱਛੇ ਹੈ ਜੋ ਇੱਕ ਕਮਰੇ ਮੇਂ ਬੈਠ ਕੇ ਤਕਰੀਰੇ ਕਰੀ ਜਾਤਾ ਹੈ, ਨਾ ਕਿਸੀ ਕਾ ਜਵਾਬ ਦੇਤਾ ਹੈ, ਨਾ ਕਿਸੀ ਕਾ ਸਵਾਲ ਸੁਣਤਾ ਹੈ, ਤੇ ਜਵਾਬ ਦੋ ਨਾ ਜਿਹੜੀ ਇਹ ਗੱਲ ਕਰਦਾ ਹੈ, ਯਾਰ ਆਪ ਇਹ ਉਹਦਾ ਜਵਾਬ ਦੋ ਨਾ ਕਾਟੇ ਬਾਈ ਜੀ, ਬਾਤ ਕਾਟੇ, ਬਾਤ ਮੁਕੰਮਲ ਹੋਣੇ ਦੇ, ਬਾਤ ਤੋਂ ਮੁਕੰਮਲ ਹੋਣੇ ਨੇ ਦੇ, ਆਪ ਕੀ ਹਮ ਸੁਣਤੇ ਹੈ, ਆਪ ਹਮਾਰੀ ਸੁਣ ਵੀ ਨਹੀਂ ਸਕਤੇ, ਯੇ ਮਸਲਾ ਹੈ ਆਪ ਲੋਗੋ ਕਾ, ਬਾਈ ਮੁਕੰਮਲ ਹੀ ਨਹੀਂ ਕਰ ਰਹੇ ਗੱਲ, ਨਾ ਆਪਕਾ ਉਸਤਾਦ, ਨਾ ਆਪਕਾ ਉਸਤਾਦ ਕਿਸੀ ਕੇ ਸੁਣਨਾ ਚਾਹਤਾ ਹੈ, ਆਪਣੀ ਹੀ ਸੁਣਾਨਾ ਚਾਹਤਾ ਹੈ, ਔਰ ਨਾ ਹੀ ਉਸਕੇ ਨਾ ਮੁਰਾਦ ਸ਼ਗਿਰਦ ਕਿਸੀ ਕੇ ਸੁਣਨਾ ਚਾਹਤੇ ਹੈ, ਸਿਰਫ ਆਪਣੀ ਪੌਂਦੀਆਂ, ਦੇਖੇ ਆਪ ਬਾਤ ਵੀ ਨਹੀਂ ਮੁਕੰਮਲ ਕਰਨੇ ਦੇਤੇ, ਆਪਕੇ ਅੰਦਰ ਇਤਨੀ ਹਿੰਮਤ ਹੈ, ਇਤਨੀ ਜੁਰਅਤ ਹੈ ਕਿ ਆਪ ਇੱਕ ਜੁਮਲਾ ਵੀ ਸੁਣ ਸਕਦੇ, ਦੋ ਦੋ ਬੰਦੋ ਕੋ ਹਮ ਨਾ ਉਠਾਏ ਨਾ, ਫਿਰ ਇਹ ਹੀ ਹੋ ਸਕਦਾ ਹੈ, ਫਿਰ ਦੋ ਦੋ ਬੰਦੋ ਕੋ ਨਾ ਉਠਾਏ, ਫਿਰਕੋ ਕੀ ਦੁਕਾਨੇ ਬੰਦ, ਡੈਮੇਜ ਹੈਜ਼ ਬੀਨ ਡਨ, ਬਸ ਇਹ ਇਲਮੀ ਕਿਤਾਬੀ ਖਤਮ, ਡੈਮੇਜ ਹੈਜ਼ ਬੀਨ ਡਨ, ਇਲਮੀ ਕਿਤਾਬੀ ਕਾ ਇਲਮ ਖਤਮ, ਯਹੀ ਕਾਮ ਹੈ ਆਪ ਲੋਗੋ ਕਾ, ਤੁਸੀਂ ਕਹਿ ਰਹੇ ਹੋ ਹਸਨ ਭਾਈ, ਆਪ ਇਹ ਦੇਖੇ ਜਰਾ ਬਾਤ ਸੁਣੀਗਾ, ਆਪਣਾ ਫੈਜ਼ ਭਾਈ, ਫੈਜ਼ ਭਾਈ ਤੇਰਾ ਬਾਤ ਸੁਣੀਗਾ, ਫੈਜ਼ ਭਾਈ ਕਾਦੀਆਨੀ ਕੋ ਕਾਫਰ ਮੰਨਤੇ ਹੈ, ਇਨਸੇ ਪੁੱਛੇ ਅਗਰ ਮੰਨਤੇ ਹੈ ਤੋ ਕਿਉਂ, ਫੈਜ਼ ਭਾਈ ਤੇਰਾ ਬਾਤ ਸੁਣੀਗਾ, ਯਹ ਦੇਖੇ ਸਹੀ ਬੁਖਾਰੀ ਕੇ ਅੰਦਰ ਰਵਾਇਤ ਹੈ, ਸਹੀ ਬੁਖਾਰੀ ਕੇ ਅੰਦਰ ਵੀ ਰਵਾਇਤ ਹੈ, ਔਰ ਮੁਸਲਮ ਸ਼ਰੀਫ ਕੇ ਅੰਦਰ ਵੀ ਰਵਾਇਤ ਹੈ, ਹਜ਼ਰਤ ਅਨਸ ਇਸਕੇ ਰਾਵੀ ਹੈ, ਕਿ ਉਹ ਫਰਮਾਤੇ ਹੈ ਕਿ ਨਬੀ ਅਲੈਹਿ ਸਲਾਮ ਨੇ ਖੜੇ ਹੋ ਕੇ ਪਾਣੀ ਪੀਣੇ ਸੇ ਮਨਾ ਫਰਮਾਇਆ ਹੈ, ਉਸਕੇ ਬਾਅਦ ਹਜ਼ਰਤ ਕਤਾਦਾ ਵੀ ਫਰਮਾਤੇ ਹੈ ਕਿ ਖੜੇ ਹੋ ਕੇ ਪਾਣੀ ਪੀਣੇ ਕਾ ਹੁਕਮ, ਤੋ ਉਹਨਾਂ ਨੇ ਫਰਮਾਇਆ, ਤੋ ਯੇ ਸਭਸੇ ਬਦਤਰ ਅਮਲ ਹੈ, ਯੇ ਵਾਲਾ ਸਭਸੇ ਖਬੀਸ ਅਮਲ ਹੈ, ਯੇ ਵਾਲਾ, ਯੇ ਮੁਸਲਮ ਸ਼ਰੀਫ ਕੀ ਰਵਾਇਤ ਹੈ, ਯੇ ਵਾਲੀ, ਓ ਭਾਈ ਭਾਈ ਗੱਲ ਤੇ ਕਰ ਲੈਂਦੇ ਯਾਰ, ਗੱਲ ਤੇ ਕਰ ਲੈਂਦੇ ਯਾਰ, ਗੱਲ ਹੀ ਨਹੀਂ ਕਰ ਦਿੰਦਾ ਭਾਈ ਯਾਰ, ਨਹੀਂ ਹੋਣੇ ਦਿੱਤੇ, ਯੇ ਇਨਕੋ ਤਰਬੀਅਤ ਦੀ ਗਈ ਹੈ ਕਿ ਕਿਸੇ ਕੀ ਸੁਣੋ ਨਾ, ਆਪਣੀ ਜਾ ਕੇ ਹਾਲਾ ਲਾ 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 ਡਾਲ ਦੋ, ਔਰ ਕਹੋ ਯਾਰ, ਗੱਲ ਹੀ ਨਹੀਂ ਤੁਸੀਂ ਕਰਨ ਦਿੰਦੇ ਯਾਰ, ਆ ਤੁਹਾਨੂੰ ਤਮੀਜ਼ ਸਿਖਾਈਏ ਮਿਰਜ਼ਾ ਇੰਜੀਨੀਅਰ ਨੇ, ਗੱਲ ਹੀ ਨਹੀਂ ਤੁਸੀਂ ਕਰਨ ਦਿੰਦੇ ਆ, ਤੁਸੀਂ ਕਰ ਲਓ ਕਰ, ਤੁਹਾਨੂੰ ਮੈਂ ਬੁਖਾਰੀ ਮੁਸਲਮ ਦੀ ਰਵਾਇਤ ਤੁਹਾਨੂੰ ਸੁਣਾਉਣਾ ਪਿਆ, ਬੁਖਾਰੀ ਮੁਸਲਮ ਦੀ ਰਵਾਇਤ ਵੀ ਤੁਹਾਨੂੰ ਹਜ਼ਮ ਨਹੀਂ ਹੁੰਦੀ ਵੀ, ਹੁਣ
عجیب یار جی بندے ہو یار. اے صحابی پہ کہندے نے دو صحابی حضرت قتادہ حضرت انس او پہ حضرت انس بن مالک او پہ کہندے نے نبی علیہ السلام نے منع فرمایا کھڑے ہو کے پانی پین تو نبی علیہ السلام نے منع فرمایا کہندے نے سب تو خبیث تے بدتر عمل ہے گا وہ کھڑے ہو کے پانی پینا مسلم دی روایت ہے پیشاب دا جے او پیشاب دا ہونا ہے تسی پانی دا میں پانی دی گل کرنا میں پانی دی او پیشاب میرے منہ نکل گیا پانی دی گل کرنا میں ابو حسن بھائی پیشاب پہ آ جائیں پیشاب کھڑے ہو کے کرنا سنت نہیں 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 فیض بھائی نہیں ایک منٹ ٹھہر جائیں فیض بھائی ایک منٹ ٹھہر جائیں ذرا یار ویسے سننے والوں کو لگے گا کہ پتہ نہیں میں شاید غلط بات کر رہا ہوں سننے والوں کو لگے گا غلط بات کر رہا ہوں بھائی یہاں پہ پانی کا بیان ہے پانی کا پیشاب والا جو ہے وہ ایک الگ معاملہ ہے وہ بھی ابھی کرتے ہیں اس پہ بھی بات کرتے ہیں حضرت ابو ہریرہ رضی ایک منٹ یار ایک منٹ ٹھہر جائیں حضرت سیدنا ابو ہریرہ فرماتے ہیں کہ رسول اللہ صلی اللہ علیہ وسلم نے ارشاد فرمایا کہ تم میں سے کوئی شخص ہرگز کھڑے ہو کر پانی نہ پیئے جو بھول کر پی لے تو اسے چاہیے کہ وہ کیا کر دے اسے چاہیے وہ الٹی کر دے جو کھڑے ہو کے پانی پیئے حضرت ابو ہریرہ بیان کر رہے ہیں اور مسلم شریف کی روایت ہے بتائیں مجھے مرزا انجینئر کون سی سنت نبی علیہ السلام کی بیان کر رہا ہے وہ بتائیں مجھے جھوٹ بولتے ہیں آپ کہ مرزا انجینئر سنت بیان کرتا ہے حدیثیں بیان کرتا ہے کہیں حضرت ابو ہریرہ کے اوپر لگائیں فتویٰ آپ حضرت ابو ہریرہ کے اوپر لگائیں حضرت انس بن مالک پہ فتویٰ لگائیں حضرت قتادہ کے اوپر فتویٰ لگائیں لگائیں حضرت امام مسلم کے اوپر فتویٰ لگائیں آپ یار کس طرح کون سی سنت وہ بیان کرتا ہے میں بتائیں بھائی جی گھر سن لو نا ہن اگر جی کتاب وچ لکھیا ہوا کھڑے کھڑے کتاب ہوئی ہے ہن بخاری مسلم کتاب ہوئی ہے ہن کتاب ہوئی ہے مرزا صاحب پھنس گئے نے تے ہن کتاب ہو گئی ہن اور کی سی پہلے پہلے تے تسی کہندے ہو قران دا درجہ ہے اونوں اصلے جھوٹ بولیا کہ نبی علیہ السلام دی سنت تے کھڑے ہو کے پانی پینا لعنت بھیجو پہلے بھائی جی لعنت میں تانوں دسنا پیا جد کتاب وچ میں تانوں ثابت کراں یار ایک بندہ نبی علیہ السلام دی سنت دی مخالفت کرے ایک بندہ نبی علیہ السلام دی سنت دی مخالفت کرے بخاری مسلم دی روایت ہے اگر وہ مخالفت کرتا ہے نبی علیہ السلام کہندے نے الٹی کر دے بندہ جڑا کھڑے ہو کے پانی پیئے کیا کر دے الٹی کر دے نبی علیہ السلام پہ فرماندے نے پہ مرزا جونیئر جیل وچ جھوٹ بولدا کہندا کہ نبی علیہ السلام دی سنت تے کھڑے ہو کے پیچھے پانی پینا دسو منو اے دا مرزا تے لعنت تسی کیوں نہیں بھیجدے پے تسی تے کیوں نہیں حدیث چھپائی ہے تہاڈے کولوں اے کیوں حدیث چھپائی اونے اے حدیث اونے کیوں چھپائی ہے تہاڈے کولوں اس نے کتاب تو بیان کیتا ہے اس نے اپنی گل نہیں کیتی ہے اساں کہ علماء نے ساڈا جھوٹ بولیا کہ بیٹھ کے نبی علیہ السلام نے پانی پین دی حدیث بیان کیتی ہے تساں کہ کہ علماء نے چھپایا تہاڈے کولوں سر جھوٹ نہ بولو تساں کہ علماء نے تہاڈا بے ایمانی کیتی ہے تساں کہ علماء نے تہاڈا بے ایمانی کیتی ہے کیڑی بے ایمانی کیتی ہے علماء نے تہاڈے نال دسو منو بھائی جان بے ایمانی ایتھوں کیتی ہے نا بے ایمانی ایتھوں کیتی ہے کہ تسی کہندے ہو کہ صرف بیٹھ کے پانی پینا جائز ہے او بھائی نبی علیہ السلام نے کہندے نے بندہ الٹی کر دے ایک منٹ ابو حسن بھائی رک جاؤ علی گجر بھائی ہوں تھوڑی دیر پہلے تسا کیا سی کہ منع وہا دیو منع وہا دیتا نا ہوں تسی کی کہندے ہو کہ نبی کریم صلی اللہ علیہ وسلم نے منع کیتا صحیح مسلم دی روایت جڑی ہے ہوں ابو حسن بھائی نے بیان کیتی ہے نا 5274 اس طرح ہی حوالے دیندا نا مرزا 5274 جا کے اوپن کرو روایت نبی کریم صلی اللہ علیہ وسلم نے کھڑے ہو کر پانی پینے سے ڈانٹ کر منع فرمایا بھائی کئی چیزاں ایسی ہیں جو پہلے اسلام وچ منع سی بعد اجازت ہو گئی ہے ہن میں بھی تو جے کتاب وچ حوالہ دے دیاں کہ کھڑے ہو کے پانی پینا جائز ہے تو پھر دسو اچھا چلو ہن تسی دسو کہ نبی کریم صلی اللہ علیہ وسلم نے ڈانٹ کے منع کیتا ہے کیا بعد وچ کھڑے ہو کے پانی پینا سنت ہو گیا ہاں جی طارق جمیل نوں مندے ہو یار ہوں تاریخ جمیل کا حوالہ دین لگ پہ پہلے علمی کتاب بھی سو
ਅਰੇ ਜਮੀਲ ਬਾਈ ਜੀ ਤੁਸੀਂ ਤੇ ਜਿਹਨਾਂ ਨੂੰ ਮੰਨਦੇ ਨਹੀਂ ਨਾ ਮੈਂ ਤੇ ਤੁਹਾਨੂੰ ਦੱਸਣਾ ਜਿਹਨੂੰ ਤੁਸੀਂ ਮੰਨਦੇ ਵੀ ਆ ਚਾਹ ਜਮੀਲ ਦਾ ਹਵਾਲਾ ਦਿਓ ਨਾ ਤੁਸੀਂ ਉਹ ਕਿਤਾਬ ਦਾ ਹਵਾਲਾ ਦਿਓ ਨਾ ਇੱਕ ਮਿੰਟ ਠਹਿਰੇ ਗਈ ਇਹ ਕਾਲ ਪੇਸ਼ ਕਰੇ ਸੈਯਦਨਾ ਅਲੀ ਕੇ ਅਲਫਾਜ਼ ਹੋ ਕੇ ਪਾਣੀ ਪੀਣਾ ਖੜੇ ਹੋ ਕੇ ਜਾਇਜ਼ ਹੈ ਦਿਖਾਏ ਅਲਫਾਜ਼ ਕਿਸਦਾ ਕਿਸਦਾ ਬਿਆਨ ਕਰਾਂ ਅਲਫਾਜ਼ ਦਿਖਾਏ ਸੈਯਦਨਾ ਅਲੀ ਨੇ ਕਹਾ ਹੈ ਕਿ ਖੜੇ ਹੋ ਕੇ ਪਾਣੀ ਪੀਣਾ ਜਾਇਜ਼ ਹੈ ਦਿਖਾਏ ਸਰ ਜੀ ਤਾਰਕ ਜਮੀਲ ਦੀ ਮੈਂ ਤੁਹਾਨੂੰ ਤਕਰੀਰ ਜਿਹੜੀ ਉਹ ਸੁਣਾ ਦਿਆਂਗਾ ਆਪਨੇ ਸੈਯਦਨਾ ਅਲੀ ਦਾ ਨਾਮ ਲਗਾਇਆ ਹੈ ਆਪ ਸੈਯਦਨਾ ਅਲੀ ਕੇ ਇਹ ਅਲਫਾਜ਼ ਦਿਖਾਏ खड़े होके पानी पीना जायजा भाई अगर नहीं है तो कहे मेरे पास अल्फाज नहीं है मैंने सुनी सुनाई बात आगे यहाँ बयान कर दी थी बात खत्म हम आपसे मुआवजा नहीं कर नहीं सुनी सुनाई नहीं बात की पढ़ के रेफरेंस के साथ एक चीज दे रहे हैं उसके जवाब में आप कह रहे हैं यार अब आप देखे आपकी मैंने सुनी ना आप सुनते नहीं है आप मुतालबा नहीं सुनते आपसे मुतालबा किया जा रहा है कि जो आपने यहाँ पर दावा किया है ना कि सैयदना अली ने कहा है खड़े होके पानी पीना जायज है ये कॉल दिखाए फैसल भाई मैं आपको एक और बात बताना चाहता हूँ कि इन्होंने अगर सिर्फ ये इतराज किया होता ना कि यार ये रवायत मौजूद नहीं है या इस तरह की कोई बात की होती ना फिर एक अलहदा मैटर था कि यार इनकी जहालत है इन्हें नहीं रवायत मिर्जा इंजीनियर ने बताई क्योंकि इन्होंने तो दीन इस्लाम लिया मिर्जा इंजीनियर से इन्होंने किताबों से तो दीन लिया नहीं तो एक अलहदा बात ही मैंने बताता कि नहीं यार ये मुस्लिम के अंदर रवायत मौजूद है इन्होंने ये कहा है इन्होंने ये कहा है कि हमसे उलमा ने बेईमानी की है हमसे उलमा ने ये बातें छुपाई हैं हमारे से ये इन्होंने इल्जाम लगाया उलमा के ऊपर अब ये इमाम बुखारी इमाम मुस्लिम के ऊपर लगाए ना फतवा इमाम मुस्लिम पे फतवा लगाए कई चीजें ने जो कई चीजें जो इमाम ने इमाम जो है ने तोड़े उन्होंने छुपाईया ने और तुसी अगर बोलो कि सारी चीजें तो मैं अच्छे शो स्क्रीन पे ले लो तुसी अबू हसन भाई अली भाई अली गुजर भाई एक चीज दसो एक चीज ते गल कर दें तुसी दसो कि केड़ी चीज छुपाई है पता की भाई जी ओही मैं तुम्हें बयान कर रहा हूं कि तुसी होस्ट हो तुसी बिल्कुल प्रिपेयर्ड हो के इथे बैठे हो मैं ते एवे टिकटॉक तुसी ਤੁਹਾਡੀ ਲਾਈਵ ਦੇਖੀ ਸੀ ਮੈਂ ਤੇ ਆ ਗਿਆ ਤੁਸੀਂ ਤਿਆਰੀ ਕਰਕੇ ਆ ਜਾਓ ਤਿਆਰੀ ਕਰਕੇ ਆ ਜਾਓ ਤੁਸੀਂ 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 ਬੇਚਕ ਨੰਬਰ ਲੈ ਲਓ ਮੇਰਾ ਜੋ ਇੰਜੀਨੀਅਰ ਦਾ ਸਭ ਸੇ ਭਾਈ ਮੁਕੰਮਲ ਹੋ ਰਹਾ ਹੈ ਨਾ ਉਹ ਹਸਨ ਭਾਈ ਇੰਜੀਨੀਅਰ ਦਾ ਜੋ ਸਭ ਸੇ ਹੋਨਹਾਰ ਸਟੂਡੈਂਟ ਹੈ ਨਾ ਜੋ ਆਪਨੇ ਤਿਆਰ ਕੀਤਾ ਹੋਇਆ ਹੈ ਉਸ ਕੋ ਲੈ ਆਏ ਪਲੀਜ਼ ਜਾਏ ਭਾਈ ਜੀ ਤੁਸੀਂ ਮੇਰੇ ਨਾਲ ਗੱਲ ਕਰ ਲਿਓ ਤੁਸੀਂ ਮੇਰੇ ਨਾਲ ਗੱਲ ਕਰ ਲਿਓ ਸਭ ਦਾ ਨੰਬਰ ਲੈ ਲਓ ਉਸ ਕੋ ਲੈ ਆਏ ਪਲੀਜ਼ ਹਮ ਦੇਖਤੇ ਹੈ ਕਿਤਨੀ ਤਿਆਰੀ ਹੈ ਉਸਕੀ ਭਾਈ ਜੀ ਤੁਸੀਂ ਤੁਸੀਂ ਮੇਰਾ ਹੀ ਨੰਬਰ ਲੈ ਲਿਓ ਤੁਸੀਂ ਮੇਰੇ ਨਾਲ ਕੰਟੈਕਟ ਕਰਿਓ ਮੈਂ ਤੁਹਾਨੂੰ ਉੱਥੇ ਸਬੂਤ ਨਾਲ ਦੱਸਾਂਗਾ ਔਰ ਕਿਤਾਬ ਦਾ ਹਵਾਲਾ ਦੇ ਕੇ ਬਿਆਨ ਕਰਾਂਗਾ ਖੜੇ ਹੋ ਕੇ ਪਾਣੀ ਪੀਣਾ ਜਾਇਜ਼ ਹੈ ਅਭੀ ਕਿਉਂ ਨਹੀਂ ਬਿਆਨ ਕਰ ਸਕਦੇ ਹੋ ਕਿ ਤੁਹਾਡੀ ਤਰ੍ਹਾਂ ਨਹੀਂ ਬੈਠਿਆ ਭਾਈ ਅਭੀ ਕਿਉਂ ਨਹੀਂ ਬਿਆਨ ਕਰ ਸਕਦੇ ਅਭੀ ਕੀ ਮਹਿੰਦੀ ਲਗੀ ਆਪਕੇ ਭਾਈ ਜੀ ਮੈਂ ਨਹੀਂ ਬਿਆਨ ਕਰ ਰਿਹਾ ਇਹ ਮੇਰੇ ਬਿਆਨ ਕਰ ਰਿਹਾ ਮੈਂ ਉਲਮਾ ਥੋੜੀਆਂ ਕਿ ਮੇਰੇ ਕੋ ਸਾਰੇ ਹਵਾਲੇ ਜਿਹੜੇ ਨੇ ਆਪਕੋ ਆਪਕੋ ਐਗਜ਼ੈਕਟ ਬਾਤ ਦਾ ਪਤਾ ਨਹੀਂ ਹੈ ਆਪਕੋ ਸੈਯਦਨਾ ਅਲੀ ਕੇ ਕਾਲ ਦਾ ਪਤਾ ਨਹੀਂ ਹੈ ਸੈਯਦਨਾ ਅਲੀ ਨੇ ਇਹ ਕਾਲ ਕਿਨ ਹਾਲਾਤ ਮੇ ਕਿਸ ਚੀਜ਼ ਪੇ ਕਿਸ ਹਾਲਾਤ ਮੇ ਜਦ ਉਹ ਬਿਆਨ ਕਰ ਰਹੇ ਨੇ ਜਿਹੜਾ ਜਿਹੜਾ ਇਮਾਮ ਦਾ ਬਿਆਨ ਕਰ ਰਹੇ ਨੇ ਕਿ ਉਹਨਾਂ ਕਿਹਾ ਅਗਰ ਤੁਸੀਂ ਗਲਤੀ ਨਾ ਪੀ ਲਓ ਤਾਂ ਉਹਦੀ ਉਲਟੀ ਕਰ ਦਿਓ आप सुनी सुनाई बात के ऊपर आगे भाई यहाँ पर एक नबी करीम सल्लल्लाहु अलैहि वसल्लम की सही हदीस और यार बात सुन लो यार बदतमीज आदमी जाहिल आदमी तो भाई जी भाई सीधी तरह बात करो जैसे बात कर रहे हैं जाके अपने इंजीनियर से पूछो ईमेल करो अगर यह क्या हाँ तो हम देखे थोड़ी सी मैंने आपके सख्ती से बोला आपको बड़ी तकलीफ हुई है हम आपकी एक घंटे से मेहनत कर रहे हैं कि बारी बारी बात करें हम आपकी बात में नहीं बोलते आप हमारी बात में ना बोले आपको बहुत समझ नहीं आ रहा ना भाई अभी जरा गौर से सुने प्लीज मेरे प्यारे भाई ये जो आपने को पट्टी उसने पढ़ाई है ना ठीक है उसको कहे इसका सबूत प्लीज जब हमें दें और ये रिवायत को देखे जाके वाकया देखें और फिर आके हमसे बात करें शुक्रिया जी ठीक है ਤੁਸੀਂ ਇਸ ਤਰ੍ਹਾਂ ਕਰੋ ਨਾ ਮੈਂ ਤਾਂ ਤੁਹਾਨੂੰ ਕਿਹਾ ਤੁਸੀਂ ਮੇਰਾ ਨੰਬਰ ਲਿਓ ਤੁਸੀਂ ਮੇਰੇ ਤੋਂ ਵਟਸਐਪ ਤੇ ਕੰਟੈਕਟ ਕਰੋ ਅਗਰ ਮੈਂ ਤੁਹਾਨੂੰ ਨਾ ਕਿਹਾ ਨਾ ਤੁਹਾਨੂੰ ਹਾਲਾ ਹਵਾਲਾ ਦਿੱਤਾ ਤੇ ਫਿਰ ਮੈਂ ਇੱਥੇ ਲਾਈਵ ਆ ਕੇ ਤੁਹਾਡੇ ਕੋਲ ਮਾਫੀ ਮੰਗਾਂਗਾ ਜਿਹੜੇ ਬਾਈ ਬੈਠੇ ਨੇ ਉਹਨਾਂ ਕੋਲ ਮਾਫੀ ਮੰਗਾਂਗਾ अरे भाई ये तो चौंतीस बंदों के बीच में बैठ के मैंने एक बोंगी मारी है जिसकी मेरे पास कोई सनद नहीं है लेकिन इसकी मैं सबूत प्राइवेट में जाके व्हाट्सएप पे दूंगा आपकी अकल पे मातम करने को दिल चाह रहा है दो उलमा मेन दो उलमा अंजीना मोहम्मद अली मिर्जा और तारिक जमील
ਇਹ ਦੋ ਦੋਵਾਂ ਦਾ ਤੁਹਾਨੂੰ ਹਵਾਲਾ ਦਿੱਤਾ, ਤੁਸੀਂ ਬੋਲਿਆ ਨਹੀਂ ਸਾਨੂੰ ਨਹੀਂ ਮੰਨਦੇ ਆ ਪਲੰਬਰ ਹੈ ਯਾਰ, ਉਹ ਪਲੰਬਰ ਕੋ ਆਪ ਉਲਮਾ ਕਹਿ ਰਹੇ ਯਾਰ, ਉਲਮਾ ਕੀ ਤੋਹੀਨ ਨਾ ਕਰੇ ਪਲੀਜ਼, ਤੁਹਾਡੀ ਨਜ਼ਰ ਵਿੱਚ ਪਲੀਜ਼ ਉਲਮਾ ਇਕਰਾਮ ਕੀ ਤੋਹੀਨ ਨਾ ਕਰੇ, ਉਲਮਾ ਇਕਰਾਮ ਝੂਠ ਨਹੀਂ ਬੋਲਤੇ, ਉਲਮਾ ਇਕਰਾਮ ਆਪਣੇ ਬੱਚੋ ਬਾਤੇ ਅਧੂਰੀ ਬਾਤੇ ਨਹੀਂ ਬਤਾਤੇ, ਉਲਮਾ ਇਕਰਾਮ ਫਿਤਨਾ ਨਹੀਂ ਪੈਦਾ ਕਰਤੇ ਭਾਈ, ਉਸਕੋ ਉਲਮਾ ਨਾ ਕਹੇ, ਉਲਮਾ ਕੀ ਤੋਹੀਨ ਹੈ, ਪਲੰਬਰ ਹੈ ਉਸਕੋ ਪਲੰਬਰ ਕਹੇ, ਹਮ ਦੇਖੇ ਉਸਕੋ ਇੱਜ਼ਤ ਸੇ ਨਾਮ ਲੈ ਕੇ ਇੰਜੀਨੀਅਰ ਅਲੀ ਮਿਰਜ਼ਾ ਕਹਿ ਰਹੇ ਥੇ, ਆਪਕੇ ਲੀਏ ਹੀ ਕਹਿ ਰਹੇ ਥੇ ਨਾ ਇੰਜੀਨੀਅਰ ਅਲੀ ਮਿਰਜ਼ਾ, ਆਪਕੋ ਇੱਜ਼ਤ ਰਾਸ ਨਹੀਂ ਆਈ, ਆਪ ਉਸਕੋ ਉਲਮਾ ਜ਼ਬਰਦਸਤੀ ਬਣਾਨੇ ਲੱਗ ਗਏ ਹੈ, ਤੋ ਫਿਰ ਹਮ ਇਸੀ ਤਰ੍ਹਾਂ ਕਾ ਜਵਾਬ ਦੇਂਗੇ ਨਾ ਭਾਈ, ਉਸਕਾ ਨਾਮ ਇੰਜੀਨੀਅਰ ਅਲੀ ਮਿਰਜ਼ਾ ਮਾਂ ਬਾਪ ਨੇ ਰੱਖਾ ਹੈ, ਉਸਨੇ ਕਹਾਂ ਸੇ ਸਨਦ ਹਾਸਿਲ ਕੀ ਹੈ ਭਾਈ, ਕੌਨ ਸੀ ਤਲੀਮ ਹੈ ਉਸਕੀ ਜੋ ਆਪ ਬਤਾ ਰਹੇ ਹੈਂ, ਉਸਕੇ ਵੋ ਆਲਮੇ ਦੀਨ ਬਨ ਗਿਆ, ਦਰਸੇ ਨਿਜ਼ਾਮੀ ਕੀ ਸਨਦ ਹੈ ਉਸਕੇ ਪਾਸ, ਦਰਸੇ ਨਿਜ਼ਾਮੀ ਕੀ ਸਨਦ ਹੈ ਉਸਕੇ ਪਾਸ, ਉਸਨੇ ਕੋ ਹਦੀਸ ਕੇ ਅੰਦਰ ਹਦੀਸ ਕਾ ਦੌਰਾ ਉਸਨੇ ਬੁਖਾਰੀ ਕਾ ਹਦੀਸ ਕਾ ਕਿਸੀ ਆਲਮੇ ਦੀਨ ਕੇ ਸਾਥ ਬੈਠ ਕੇ ਕਭੀ ਕੀਆ, ਉਸਸੇ ਪੂਛੇ ਕਭੀ ਉਸਨੇ ਕਿਸੀ ਕਿਸੀ ਆਲਮੇ ਦੀਨ ਕੇ ਸਾਥ ਬੈਠ ਕੇ, ਜਵਾਬ ਦੇ ਮੇਰੇ ਭਾਈ, ਇਧਰ ਉਧਰ ਨਾ ਜਾਏ, ਜਿਸਕੋ ਆਪ ਆਲਮ ਕਹਿ ਰਹੇ ਹੈ, ਜਿਸਕੋ ਆਪ ਆਲਮ ਕਹਿ ਰਹੇ ਹੈ, ਉਸਨੇ ਆਜ ਤੱਕ ਕਭੀ ਹਦੀਸ ਕਾ ਦੌਰਾ ਕੀਆ ਹੈ, ਪੂਰੀ ਹਦੀਸ ਕੀ ਕਿਤਾਬ ਕਾ, ਬੁਖਾਰੀ ਕਾ, ਮੁਸਲਿਮ ਕਾ, ਇਬਨ ਮਾਜਾ ਕਾ, ਕਿਸੀ ਹਦੀਸ ਕੀ ਕਿਤਾਬ ਕਾ ਕਿਸੀ ਆਲਮੇ ਦੀਨ ਕੇ ਸਾਥ ਬੈਠ ਕੇ, ਇਸ ਮਹਿਫਿਲ ਮੇ ਬੈਠੇ ਹੋਏ ਲੋਕ ਹੈ ਜਿਨ੍ਹਾਂ ਅਲਹਮਦੁਲਿਲਾ, ਅੱਛਾ ਕਿਸਨੇ ਕਿਸੇ ਕੀ ਹੈ ਜਨਾਬ ਬਤਾਏ, ਜਿਹੜੀ ਜਿਹੜੀ ਗੱਲ ਦਾ ਜਿਹੜੀ ਇਹਨਾਂ ਨੇ ਬਿਆਨ ਦਿੱਤਾ ਨਾ, ਆਪ ਸਮਝ ਰਹੇ ਹੈ ਕਿ ਇੱਕ ਇਬਾਰਤ ਆਪਕੇ ਸਾਹਮਣੇ ਲਿਖੀ ਹੋਈ ਹੈ, ਉਹ ਇਬਾਰਤ ਆਪ ਪੜ੍ਹੇਂਗੇ ਤੋ ਉਸ ਇਬਾਰਤ ਕੇ ਸਾਰੇ ਡੂਜ਼ ਡੋਂਟ ਉਸਸੇ ਰਿਲੇਟਡ ਇਬਾਰਤੇ, ਉਸਕੇ ਖਿਲਾਫ ਅਗਰ ਕੋਈ ਇਬਾਰਤ ਹੈ ਯਾ ਹੁਕਮ ਅਗਰ ਵੋ ਮਨਸੂਖ ਹੈ ਉਸਕੇ ਬਾਅਦ ਨਈ ਇਬਾਰਤ, ਵੋ ਸਾਰੀ ਚੀਜ਼ੇ ਆਪਕੇ ਦਿਮਾਗ ਮੇ ਆ ਜਾਏਗੀ, ਐਸਾ ਨਹੀਂ ਹੋਤਾ ਮੇਰੇ ਪਿਆਰੇ ਭਾਈ, ਉਲਮਾ ਯਾਰ ਯੇ ਬਹੁਤ ਹੀ ਬਦਤਮੀਜ਼ ਆਦਮੀ ਹੈ, ਯੇ ਬਹੁਤ ਹੀ ਬਦਤਮੀਜ਼ ਆਦਮੀ ਹੈ, ਇਸਕੋ ਬਾਤ ਕਰਨੇ ਕੀ ਤਮੀਜ਼ ਨਹੀਂ ਹੈ, ਹਮ ਇਸਕੀ ਸੁਣ ਲੇਤੇ ਹੈਂ, ਯੇ ਹਮਾਰੀ ਨਹੀਂ ਸੁਣਤਾ, ਆਪ ਇਸਸੇ ਬਾਤ ਕਰੀਏ, ਬੋਸਨ ਭਾਈ ਮੇਰੀ ਮਾਜ਼ਰਤ, ਮੇਰੀ ਮਾਜ਼ਰਤ ਭਾਈ, ਮੇਰੀ ਆਪਸੇ ਮਾਜ਼ਰਤ, ਆਪ ਆਪਣੇ ਇੰਜੀਨੀਅਰ ਅਲੀ ਮਿਰਜ਼ਾ ਕੀ ਤਰ੍ਹਾਂ ਇੱਕ ਡੱਬੇ ਕੇ ਅੰਦਰ ਬੈਠ ਕੇ ਨਾ, ਇੱਕ ਡੱਬੇ ਵਾਲੀ ਸਰਕਾਰ ਜੋ ਹੈ ਨਾ ਆਪਕੀ ਜਿਸਕੋ ਆਪ ਮਾਨਤੇ ਹੈ, ਉਸਕੀ ਤਰ੍ਹਾਂ ਇੱਕ ਡੱਬੇ ਮੇ ਬੈਠ ਕੇ ਬਿਆਨ ਦੇ, ਕਿਉਂਕਿ ਅਗਰ ਆਪ ਓਪਨ ਆ ਕੇ ਬਿਆਨ ਦੇਗੇ ਜਿਸ ਤਰ੍ਹਾਂ ਅਭੀ ਦੇ ਰਹੇ ਹੈ, ਤਾਂ ਲੋਕ ਆਪਸੇ ਰੈਫਰੈਂਸ ਵੀ ਮੰਗੇਗੇ, ਔਰ ਲੋਕ ਆਪਸੇ ਅਗਰ ਉਸਕਾ ਰੱਦ ਹੋਗਾ ਤਾਂ ਰੱਦ ਮੇ ਜਵਾਬੀ ਇਲਜ਼ਾਮ ਪੇਸ਼ ਕਰੇਂਗੇ, ਔਰ ਆਪਕੋ ਉਸਕਾ ਅੱਗੇ ਸੇ ਰੱਦ ਕਰਨਾ ਪੜੇਗਾ, ਜਿਸਕੀ ਆਪਕੀ ਕਾਬਲੀਅਤ ਨਹੀਂ, ਆਪ ਅਭੀ ਮੁਜ਼ਾਹਰਾ ਕੀ ਹੈ, ਗੱਲ ਮੁਕੰਮਲ ਹੀ ਨਹੀਂ ਕਰ ਰਹੇ ਭਾਈ ਜੀ ਤੁਸੀਂ, ਫਿਰ ਕਹੋਗੇ ਮੇਰੀ ਗੱਲ ਟੋਕ ਰਿਹਾ, ਫਿਰ ਗੁਜਰ ਭਾਈ, ਅਲੀ ਗੁਜਰ ਭਾਈ ਗੱਲ ਸੁਣ ਲਓ ਮੇਰੀ ਪਿਆਰ ਦੇ ਨਾਲ, ਬਿਲਕੁਲ ਪਿਆਰ ਦੇ ਨਾਲ, ਚਲਦਾ ਜਦੋਂ ਪ੍ਰਿੰਟਿੰਗ ਪ੍ਰੈਸ ਵੀ ਨਹੀਂ ਸਨ ਹੈ, ਤੁਹਾਨੂੰ ਮੈਂ ਗੱਲ ਦੱਸਣਾ ਵਾ, ਪ੍ਰਿੰਟਿੰਗ ਪ੍ਰੈਸ ਦੀ ਤਾਰੀਫ ਤੇ ਅੰਗਰੇਜ਼ਾਂ ਦੀ ਤੇ ਯਹੂਦੀਆਂ ਦੀ ਤਾਰੀਫ ਜਿਹੜੀ ਹੈ ਨਾ, ਉਹ ਸਿਰਫ ਮਿਰਜ਼ਾ ਇੰਜੀਨੀਅਰ ਨੇ ਹੀ ਕੀਤੀ, ਜਿਹੜਾ ਉਹ ਕਹਿੰਦਾ ਨਾ ਕਿ ਕੁਰਾਨ ਤੇ ਹਦੀਸ ਸਾਡੇ ਤੱਕ ਯਹੂਦੀਆਂ ਦੀ ਵਜ੍ਹਾ ਨਾਲ ਪਹੁੰਚਿਆ ਵੇ, ਇਹ ਗੱਲ ਕਰਨ ਵਾਲਾ ਇਕੱਲਾ ਮਿਰਜ਼ਾ ਇੰਜੀਨੀਅਰ ਨਹੀਂ ਗਾ, ਇਹ ਗੱਲ ਇੱਕ ਹੋਰ ਬੰਦੇ ਨੇ ਵੀ ਕੀਤੀ ਹੈ, 1400 ਸਾਲ ਦੇ ਵਿੱਚ ਇਹ ਗੱਲ ਕਰਨ ਵਾਲਾ ਇੱਕ ਬੰਦਾ ਮਿਰਜ਼ਾ ਇੰਜੀਨੀਅਰ ਹੈ, ਉਦੋਂ ਪਹਿਲੇ ਵੀ ਇੱਕ ਬੰਦੇ ਨੇ ਗੱਲ ਕੀਤੀ ਹੈ, ਉਸ ਬੰਦੇ ਦਾ ਵੀ ਤੁਹਾਨੂੰ ਮੈਂ ਨਾਂ ਦੱਸ ਦਿੰਦਾ ਵਾਂ, ਉਹ ਬੰਦੇ ਦਾ ਨਾਂ ਸੀ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ, ਉਹਨੇ ਵੀ ਇਹ ਗੱਲ ਕੀਤੀ ਹੈ ਕਿ ਅਸੀਂ ਬੜੇ ਮਸ਼ਹੂਰ ਅਤੇ ਮਮਨੂਨ ਹਾਂ ਕਿਹਨਾਂ ਦੇ, ਅੰਗਰੇਜ਼ਾਂ ਦੇ, ਕਿ ਉਹਨਾਂ ਨੇ ਡਾਕਖਾਨੇ ਦਾ ਨਿਜ਼ਾਮ ਕਾਇਮ ਕੀਤਾ, ਉਹਦੇ ਬਾਅਦ ਉਹਨਾਂ ਨੇ ਪ੍ਰਿੰਟਿੰਗ ਪ੍ਰੈਸ ਦਾ ਨਿਜ਼ਾਮ ਕਾਇਮ ਕੀਤਾ ਕਿ ਕਿਤਾਬਾਂ ਛਾਪ ਕੇ ਸਾਡੇ ਤੱਕ ਪਹੁੰਚ ਗਈਆਂ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਇਹ ਮਿਰਜ਼ੇ ਕਾਦੀਆਨੀ ਨੇ ਵੀ ਕੀਤੀਆਂ ਨੇ, ਹਵਾਲਾ ਮੇਰੇ ਕੋਲ ਮੌਜੂਦ ਹੈਗਾ ਵੇ, ਲੇਕਿਨ ਅਸਲ ਗੱਲ ਕੀ ਹੈ, ਅਸਲ ਗੱਲ ਹੈ ਵੇ ਕਿ ਇਮਾਮੇ ਬੁਖਾਰੀ ਤੋਂ ਲੈ ਕੇ ਉਦੋਂ ਪਹਿਲੇ ਵੀ ਜਿੰਨਾ ਆਇਮਾ ਨੇ ਜਿਹੜੇ ਪਹਿਲੀ ਸਦੀ ਦੇ ਅੰਦਰ ਜਿਹੜੇ ਆਇਮਾ ਨੇ ਕਿਤਾਬਾਂ ਲਿਖੀਆਂ ਨੇ, ਉਥੋਂ ਲੈ ਕੇ ਤੇ ਪ੍ਰਿੰਟਿੰਗ ਪ੍ਰੈਸ ਇਜਾਦ ਹੋਣ ਤੱਕ ਉਸ ਇਲਮ ਨੂੰ ਕਿੰਨੇ ਮਹਿਫੂਜ਼ ਰੱਖਿਆ ਆਪਣੇ ਸੀਨਿਆਂ ਦੇ ਅੰਦਰ, ਕਿੰਨੇ ਉਹਨਾਂ ਕਿਤਾਬਾਂ ਨੂੰ ਲਿਖਿਆ, ਕਿੰਨਾ ਨੇ ਉਹਨਾਂ ਕਿਤਾਬਾਂ ਨੂੰ ਮਹਿਫੂਜ਼ ਰੱਖਿਆ, ਉਹ ਇਹੀ ਉਲਮਾ ਸਨ ਜਿਹਨਾਂ ਨੂੰ ਅੱਜ ਮਿਰਜ਼ਾ ਕਹਿੰਦਾ ਕਿ ਸਾਡੇ ਵਾਸਤੇ ਕੁਛ ਹੈ ਹੀ ਨਹੀਂ, ਇਹ ਉਹਦਾ ਬਿਆਨ ਮੈਂ ਰਾਤੀ ਸੁਣਿਆ, ਕਹਿੰਦਾ ਸਾਡੇ ਵਾਸਤੇ ਕੋਈ ਇਮਾਮ ਸਾਡੇ ਵਾਸਤੇ ਕਹਿੰਦਾ ਕੋਈ ਸ਼ੈ ਨਹੀਂ, ਨਾ ਇਮਾਮ ਅਬੂ ਹਨੀਫਾ, ਨਾ ਇਮਾਮ ਸ਼ਾਫੀ, ਨਾ ਇਮਾਮ ਅਹਿਮਦ ਬਿਨ ਹੰਬਲ, ਜਿੰਨੇ ਵੀ ਆਇਮਾ ਗੁਜ਼ਰੇ ਨੇ ਕਹਿੰਦਾ ਮੇਰੇ ਵਾਸਤੇ ਸ਼ੈ ਹੀ ਕੋਈ ਨਹੀਂ ਹੈ, ਬਈ ਅੱਜ ਅਸੀਂ ਉੱਠ ਕੇ ਕਹਿ ਦਈਏ ਕਿ ਸਾਡੇ ਵਾਸਤੇ ਕੋਈ ਸ਼ੈ ਨਹੀਂ, ਇਹਦਾ ਮਤਲਬ ਇਹ ਵੇ ਕਿ ਅਸੀਂ ਉਹਨਾਂ ਦੀ ਮਿਹਨਤ ਦਾ ਇਨਕਾਰ ਕਰਨੇ ਪਿਆ, ਜਿਹੜੀ ਮਿਹਨਤ ਉਹਨਾਂ ਨੇ ਕੀਤੀ ਹੈ, ਜਿਹੜੀਆਂ ਕੁਰਬਾਨੀਆਂ ਉਹਨਾਂ ਨੇ ਦਿੱਤੀਆਂ ਨੇ, ਉਹਨਾਂ ਨੇ ਦੀਨ ਨੂੰ ਆਪਣੇ ਸੀਨੇ 'ਚ ਮਹਿਫੂਜ਼ ਰੱਖਿਆ, ਉਸ ਦੀਨ ਨੂੰ ਉਹਨਾਂ ਨੇ ਅੱਗੇ ਪਹੁੰਚਾਇਆ ਵੇ, ਇਹ ਕਿਆ ਉਹਨਾਂ ਦੀ ਜ਼ਿੰਮੇਦਾਰੀ, ਇਹ ਤੁਸੀਂ ਇਹਨੂੰ ਜ਼ਿੰਮੇਦਾਰੀ ਨਹੀਂ ਸਮਝਦੇ
ਕਿ ਐਸ ਇਟ ਇਜ਼ ਇਮਾਮ ਬੁਖਾਰੀ ਨੇ ਅੱਜ ਤੋਂ 1200 ਸਾਲ ਪਹਿਲੇ ਜਿਸ ਤਰ੍ਹਾਂ ਬੁਖਾਰੀ ਲਿਖੀ ਸੀ ਉਸੇ ਤਰ੍ਹਾਂ ਉਹ ਬੁਖਾਰੀ ਅੱਜ ਤੁਹਾਡੇ ਤੱਕ ਪਹੁੰਚੀ ਹੈ। ਕਿਸ ਤਰ੍ਹਾਂ ਪਹੁੰਚੀ ਹੋ? ਕੁਰਾਨ ਜਿਸ ਤਰ੍ਹਾਂ ਹਜ਼ਰਤ ਉਸਮਾਨੇ ਗਨੀ ਦੇ ਦੌਰ 'ਚ ਲਿਖਾਇਆ ਗਿਆ ਸੀ ਉਸੇ ਸ਼ਕਲ ਦੇ ਵਿੱਚ ਅੱਜ ਕੁਰਾਨ ਤੁਹਾਡੇ ਕੋਲ ਹੈ। ਉਹ ਕਿਹਦੀ ਕਿਹਦੀ ਮਿਹਨਤ ਹੈ? ਅੱਜ ਅਸੀਂ ਸਾਰਿਆਂ ਨੂੰ ਜ਼ੀਰੋ ਕਰ ਦਈਏ, ਉਹਨਾਂ ਦੇ ਕਾਟੇ ਦਾ ਨਿਸ਼ਾਨ ਲਾ ਦਈਏ, ਸਾਰਿਆਂ ਤੇ ਕਾਟੇ ਦਾ ਨਿਸ਼ਾਨ ਲਾ ਦਈਏ। ਹਦੀਸ ਕਿਹੜੀ ਸਹੀ ਤੇ ਕਿਹੜੀ ਸਹੀ ਹੈ, ਕਿਹੜਾ ਰਾਵੀ? ਇੱਕ ਮਿੰਟ ਠਹਿਰ ਜਾਓ, ਜ਼ਰਾ ਮੇਰੀ ਗੱਲ ਸੁਣੋ। ਕਿਹੜਾ ਰਾਵੀ ਸਹੀ ਹੈ, ਕਿਹੜਾ ਰਾਵੀ ਜ਼ਈਫ ਹੈ, ਕਿਹੜੀ ਹਦੀਸ ਦਾ ਕੀ ਹੁਕਮ ਹੈ, ਕਿਹੜੀ ਹਦੀਸ ਕਿੱਥੇ ਇਸਤੇਮਾਲ ਹੋਏਗੀ, ਇਹ ਤੇ ਮਿਰਜ਼ਾ ਸਾਹਿਬ ਨੂੰ ਪਤਾ ਨਹੀਂ ਅੱਜ ਤੱਕਰਾਂ ਲੱਗਾ। ਅੱਜ ਤੱਕਰਾਂ ਤੇ ਮਿਰਜ਼ਾ ਸਾਹਿਬ ਨੂੰ ਪਤਾ ਨਹੀਂ ਲੱਗਾ ਕਿ ਕਿਹੜੀ ਹਦੀਸ ਤੋਂ ਕਿਹੜਾ ਮਸਾਇਲ ਅਖਜ਼ ਕੀਤਾ ਜਾਂਦਾ ਵੇ, ਇਹ ਤੇ ਅੱਜ ਤੱਕਰਾਂ ਉਹਨਾਂ ਨੂੰ ਪਤਾ ਨਹੀਂ ਲੱਗਾ। ਤੇ ਮੈਨੂੰ ਦੱਸੋ ਕਿ ਆਇਮਾ ਮੁਹੱਦਸੀਨ ਨੇ ਜਿਹੜੇ ਆ ਅਸੂਲ ਵਾਧਾ ਕੀਤੇ ਨੇ ਉਹਦੇ ਤੋਂ ਬਗੈਰ ਤੇ ਤੁਸੀਂ ਇਹ ਵੀ ਨਹੀਂ ਪਤਾ ਲਾ ਸਕਦੇ ਕਿ ਕਿਹੜੀ ਸੁਨਤ ਹੈ ਨਬੀ ਅਲੈਹਿਸਲਾਮ ਦੀ ਤੇ ਕਿਹੜੀ ਹਦੀਸ, ਸਿਰਫ ਹਦੀਸ ਹੈ। ਸੁਨਤ ਕਿਹੜੀ ਹੈ ਤੇ ਹਦੀਸ ਕਿਹੜੀ ਹੈ? ਤੁਹਾਨੂੰ ਤੇ ਇਹ ਵੀ ਨਹੀਂ ਪਤਾ ਕਿ ਹਦੀਸ ਤੇ ਅਮਲ ਕਰਨ ਦਾ ਹੁਕਮ ਹੈ ਜਾਂ ਸੁਨਤ ਤੇ ਅਮਲ ਕਰਨ ਦਾ ਹੁਕਮ ਹੈ? ਤੁਹਾਨੂੰ ਤੇ ਇਸ ਗੱਲ ਦਾ ਵੀ ਨਹੀਂ ਪਤਾ। ਅਕਾਇਦ ਕਿਸ ਤਰ੍ਹਾਂ ਦੇ ਹੁੰਦੇ ਨੇ, ਅਕਾਇਦ ਕਿੱਥੋਂ ਅਖਜ਼ ਕੀਤੇ ਜਾਂਦੇ ਨੇ, ਅਕਾਇਦ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ, ਸੁਣੋ ਮੇਰੀ ਗੱਲ। ਅਕਾਇਦ ਕਿੰਨੀਆਂ ਕਿਸਮਾਂ ਦੇ ਹੁੰਦੇ ਨੇ, ਅਕਾਇਦ ਕਿੱਥੋਂ ਅਖਜ਼ ਕੀਤੇ ਜਾਂਦੇ ਨੇ, ਤੁਹਾਨੂੰ ਤੇ ਇਹ ਵੀ ਨਹੀਂ ਪਤਾ। ਤੁਹਾਨੂੰ ਮੇਰੇ ਤਾਂ ਇੰਜੀਨੀਅਰ ਨੇ ਇਹ ਵੀ ਨਹੀਂ ਦੱਸਿਆ ਅੱਜ ਤੱਕਰਾਂ, ਉਹਨੂੰ ਆਪ ਹੀ ਨਹੀਂ ਪਤਾ ਤੇ ਉਹਨੇ ਤੁਹਾਨੂੰ ਕੀ ਦੱਸਣਾ? ਜੀ 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 ਇੱਕ ਜਿਹੜੀ ਬਹਿਸ ਹੋਈ ਹੈ ਨਾ ਅੱਧਾ ਘੰਟਾ ਕਿ ਖੜੇ ਹੋ ਕੇ ਪਾਣੀ ਪੀਣਾ ਜਾਂ ਬੈਠ ਕੇ ਇਹ ਜਾਇਜ਼ ਹੈ ਜਾਂ ਨਹੀਂ ਜਾਇਜ਼ ਹੈ? ਠੀਕ ਹੈ, ਮੈਂ ਤੁਹਾਨੂੰ ਬੋਲੇ, ਮੈਂ ਤੁਹਾਨੂੰ ਅਗਰ ਹੋਈ ਤਾਂ ਦੱਸ ਦਿਆਂਗਾ, ਨਾ ਹੋਈ ਤਾਂ ਮੈਂ ਤੁਹਾਨੂੰ ਕੋਈ ਮਦਦ ਕਰ ਲਾਂਗਾ। ਇੰਜ ਤਾਂ ਅੱਛਾ, ਮੈਂ ਕੀ ਕਿਹਾ ਸੀ ਤੁਹਾਨੂੰ ਇਹਦੇ ਜਵਾਬ 'ਚ? ਮੈਂ ਕੀ ਕਿਹਾ ਸੀ? ਸੁਣ ਲਓ ਨਾ ਬਾਈ, ਸੁਣ ਲਓ ਹੁਣ ਤੁਸੀਂ ਖੁਦ ਟੋਕ ਰਹੇ ਹੋ ਜੋ ਪਹਿਲਾਂ ਤੁਸੀਂ ਮੈਨੂੰ ਕਹਿ ਰਹੇ ਸੀ। ਨਹੀਂ ਨਹੀਂ, ਸਾਡੀ ਹੁਣ ਡਿਬੇਟ ਨਹੀਂ ਹੋ ਰਹੀ, ਹੁਣ ਇਹ ਸਾਡੀ ਕੰਕਲੂਜਨ ਹੈ, ਡਿਬੇਟ ਸਾਡੀ ਖਤਮ ਹੋ ਗਈ ਹੈ। ਇਹ ਹੁਣ ਸਾਡੀ ਇੱਕ ਕੰਕਲੂਜਨ ਹੈਗੀ ਹੈ ਕਿ ਸੁਣਨ ਵਾਲਿਆਂ ਨੂੰ ਸਮਝ ਆ ਜਾਵੇ। ਮੈਂ ਤੁਹਾਨੂੰ ਕਿਹਾ ਸੀ ਡਿਬੇਟ ਕਿਸ ਚੀਜ਼ ਤੇ ਤੁਸੀਂ ਕੀਤੀ ਹੈ? ਮੈਂ ਤੁਹਾਨੂੰ ਇਹ ਕਿਹਾ ਸੀ ਮੈਂ ਤੁਹਾਨੂੰ ਇਹ ਕਿਹਾ ਸੀ ਕਿ ਸੁਨਤ ਉਸ ਗੱਲ ਨੂੰ ਕਿਹਾ ਜਾਂਦਾ ਵੇ ਜਿਹੜੀ ਸੁਨਤ ਮੁਤਵਾਤਰ ਆਵੇ ਨਬੀ ਅਲੈਹਿਸਲਾਮ ਨੇ ਜਿਸ ਅਮਲ ਨੂੰ ਆਪਣੀ ਜ਼ਿੰਦਗੀ ਦੇ ਆਖਰੀ ਲਮਹੇ ਤੱਕ ਜਿਸ ਅਮਲ ਨੂੰ ਕੀਤਾ ਹੈ ਨਾ ਉਹਨੂੰ ਸੁਨਤ ਮੁਤਵਾਤਰਾ ਕਿਹਾ ਜਾਂਦਾ ਵੇ ਤੇ ਉਹਨੂੰ ਹੀ ਸੁਨਤ ਕਿਹਾ ਜਾਂਦਾ। ਜਿਹੜਾ ਅਮਲ ਨਬੀ ਅਲੈਹਿਸਲਾਮ ਨੇ ਜ਼ਿੰਦਗੀ 'ਚ ਇੱਕ ਦਫ਼ਾ ਕੀਤਾ ਨਾ ਉਹਨੂੰ ਸੁਨਤ ਨਹੀਂ ਕਿਹਾ ਜਾਂਦਾ, ਉਹਨੂੰ ਸੁਨਤ ਕਿਸੇ ਨੇ ਕਿਹਾ ਹੀ ਨਹੀਂ। 1400 ਸਾਲ 'ਚ ਉਸ ਅਮਲ ਨੂੰ ਕਿਸੇ ਨੇ ਸੁਨਤ ਕਿਹਾ ਹੀ ਨਹੀਂ। ਤੁਸੀਂ ਇੱਕ ਵੀ ਹਵਾਲਾ ਨਹੀਂ ਪੇਸ਼ ਕਰ ਸਕਦੇ ਕਿ ਕਿਸੇ ਬੰਦੇ ਨੇ ਨਬੀ ਅਲੈਹਿਸਲਾਮ ਦੇ ਸਿਰਫ ਇੱਕ ਦਫ਼ਾ ਕੀਤੇ ਦੇ ਅਮਲ ਨੂੰ ਸੁਨਤ ਕਿਹਾ ਹੋਏ। ਇਹ ਇਲਮੀ ਖਿਆਨਤ ਹੈ, ਇਹ ਇਲਮੀ ਖਿਆਨਤ ਹੈ ਤੇ ਨਬੀ ਅਲੈਹਿਸਲਾਮ ਦੇ ਉੱਤੇ ਤੋਹਮਤ ਹੈ। ਹਜ ਜਦੋਂ ਫਰਜ਼ ਹੀ ਇੱਕ ਦਫ਼ਾ ਆਵੇ ਤੇ ਨਬੀ ਅਲੈਹਿਸਲਾਮ ਨੇ ਇੱਕ ਦਫ਼ਾ ਕੀਤਾ, ਫਰਜ਼ ਇੱਕ ਦਫ਼ਾ ਆਵੇ ਮੁਸਲਮਾਨ ਦੇ ਉੱਤੇ, ਉਹ ਵੀ ਸਾਹਿਬ ਇਸਤਤਾਤ ਦੇ ਉੱਤੇ ਇਸ ਫਰਜ਼ ਤੇ, ਤੇ ਫਿਰ ਮੈਂ ਤੁਹਾਨੂੰ ਸੁਨਤ ਦੀ ਗੱਲ ਕਰ ਰਿਹਾ, ਮੇਰੇ ਸੋਹਣਿਓ ਮੈਂ ਤੁਹਾਨੂੰ ਸੁਨਤ ਦੀ ਗੱਲ ਕਰ ਰਿਹਾ। ਸੁਨਤ ਉਸ ਅਮਲ ਨੂੰ ਕਿਹਾ ਜਾਂਦਾ ਜਿਹੜਾ ਨਬੀ ਅਲੈਹਿਸਲਾਮ ਨੇ ਆਪਣੀ ਜ਼ਿੰਦਗੀ 'ਚ ਪੱਥਰ ਨੂੰ ਕਿੰਨੀ ਵਾਰੀ ਚੁੰਮਿਆ ਸੀ, ਪੱਥਰ ਨੂੰ ਕਿੰਨੀ ਵਾਰੀ ਹਜਰ ਅਸਵਦ ਨੂੰ ਕਿੰਨੀ ਵਾਰ ਚੁੰਮਿਆ ਸੀ? ਮੈਂ ਤੁਹਾਨੂੰ ਨਬੀ ਅਲੈਹਿਸਲਾਮ ਦੇ ਇੱਕ ਵਾਰੀ ਚੁੰਮਿਆ ਸੀ, ਪੂਰੀ ਉਮਤ ਅਭੀ ਅਜੇ ਤੱਕ ਉਸ ਨੂੰ ਚੁੰਮਦੀ ਹੈ। ਇੰਜੀ ਗੱਲ ਹੈ, ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਨਬੀ ਪਾਕ ਸੱਲਲ੍ਲਾਹੁ ਅਲੈਹਿ ਵਸੱਲਮ ਨੇ ਇੱਕ ਵਾਰੀ ਬਾਈ ਗੁਜਰ ਸਾਹਿਬ ਬਿਲਕੁਲ ਗਲਤ ਹੈ। ਨਬੀ ਪਾਕ ਅਲੈਹਿ ਸੱਲਮ ਨੇ ਇੱਕ ਦਫਾ ਹਜ ਕੀਤਾ ਤੇ ਨਬੀ ਪਾਕ ਨੇ 9 ਉਮਰੇ ਕੀਤੇ ਨੇ, ਤੇ ਤੁਸੀਂ ਕੀ ਸਮਝਦੇ 9 ਉਮਰੇ ਵਿੱਚ ਨਬੀ ਪਾਕ ਨੇ ਉਸ ਤੋਂ ਬਾਅਦ ਇੱਕ ਦਫਾ ਵੀ ਨਹੀਂ ਹਜਰ ਅਸਵਦ ਚੁੰਮਿਆ? ਤੁਹਾਡੇ ਕੋਲ ਕਿੱਥੋਂ ਦਲੀਲ ਹੈਗੀ ਹੈ? ਸਾਨੂੰ ਦਲੀਲ ਲਿਆ ਕੇ ਦਿਓ ਕਿ ਨਬੀ ਪਾਕ ਨੇ ਸਿਰਫ ਇੱਕ ਦਫਾ ਚੁੰਮਿਆ। ਝੂਠ ਬੋਲਦੇ ਪਏ ਨਬੀ ਪਾਕ ਦੇ ਉੱਤੇ। ਉਹ ਬਾਈ ਝੂਠ ਨਹੀਂ ਬੋਲ ਰਿਹਾ, ਇਹ ਬਾਈ ਨਾਲ ਗੱਲ ਹੋ ਰਹੀ ਸੀ ਜਿੱਥੋਂ ਸ਼ੁਰੂ ਹੋਈ ਹੈ ਨਾ। ਇਹਦਾ ਜਵਾਬ ਦਿਓ, ਇਹ ਜਿਹੜੀ ਹੁਣ ਗੱਲ ਕੀਤੀ ਹੈ ਨਾ ਮੈਂ, ਇਹਦਾ ਜਵਾਬ ਦਿਓ। ਨਬੀ ਪਾਕ ਨੇ ਇੱਕ ਹਜ ਕੀਤਾ ਤੇ ਕਮੋ ਬੇਸ਼ 9 ਉਮਰੇ ਕੀਤੇ, ਉਹ 9 ਉਮਰਿਆਂ ਦੇ ਵਿੱਚ ਨਬੀ ਪਾਕ ਨੇ ਇੱਕ ਦਫ਼ਾ ਵੀ ਹਜਰੇ ਅਸਵਦ ਨਹੀਂ ਚੁੰਮਿਆ? ਇਹਦਾ ਜਵਾਬ ਦਿਓ। ਆਸਫ ਭਾਈ ਮੇਰਾ ਨੈੱਟ ਸਲੋ ਹੋ ਗਿਆ, ਕਿਆ ਬੋਲਦੇ ਨਹੀਂ ਪਏ ਹੁਣ? ਚਲੋ ਗੁੱਜਰ ਸਾਹਿਬ ਹੌਂਸਲਾ ਕਰੋ ਥੋੜ੍ਹਾ ਜਿਹਾ, ਕੋਈ ਜਵਾਬ ਦਿਓ ਸਾਨੂੰ ਜੀ।
ਫਿਜ਼ਾਨ ਭਾਈ ਜਾਹਿਲ ਲੋਕ ਨੇ ਇੱਕ ਗੱਲ 'ਤੇ ਖਲਾਉਂਦੇ ਨਹੀਂ, ਇੱਕ ਗੱਲ ਕਰਦੇ ਨੇ ਫਿਰ ਦੂਸਰੀ 'ਤੇ ਟੱਪ ਕੇ ਆ ਜਾਂਦੇ ਨੇ, ਫਿਰ ਤੀਸਰੀ 'ਤੇ ਇਹਨਾਂ ਦਾ ਕਾਂ ਚਿੱਟਾ ਜੇ। ਤੁਸੀਂ ਜੀ ਅਬੂ ਹਸਨ ਭਾਈ ਚਲੋ ਕਾਫੀ ਦੇਰ ਦੇ ਨਾਲ ਗੱਲ ਕਰ ਰਹੇ ਨੇ, ਲੇਕਿਨ ਇਹਨਾਂ ਦਾ ਕਾਂ ਚਿੱਟਾ, ਇਹਨਾਂ ਨਹੀਂ ਮੰਨਣਾ। ਅਸੀਂ ਰੰਗ ਸਾਹਿਬ ਬੈਠੇ ਆ ਨਾ ਇਹਨਾਂ ਨੂੰ ਰੰਗ ਕਰਨ ਵਾਸਤੇ, ਬੇਫਿਕਰ ਹੋਇਓ ਇਨਸ਼ਾਅੱਲਾ। ਅੱਛਾ ਹਸਨ ਭਾਈ ਉਹ ਪਹਿਲੇ ਇੱਕ ਨਹੀਂ ਨਹੀਂ ਉਸੀ ਮਨਵਾਨ ਦਫਾ ਕਰੋ, ਅਸੀਂ ਮਨਵਾਣਾ ਵੀ ਨਹੀਂ ਨਾ। ਹਾਂ ਵੱਡੇ ਮਿਰਜ਼ੇ ਦੇ ਮੰਨਣ ਵਾਲੇ ਮੰਨਦੇ ਨੇ ਗੱਲ ਨੂੰ ਤੇ ਨਾ ਨਿੱਕੇ ਮਿਰਜ਼ੇ ਦੇ ਮੰਨਣ ਵਾਲੇ ਗੱਲ। ਮਨਵਾਨ ਦਾ ਜ਼ਿੰਮਾ ਜਿਹੜਾ ਨਾ ਮਨਵਾਨ ਦਾ ਜ਼ਿੰਮਾ ਤੇ ਨਬੀਆਂ ਨੇ ਨਹੀਂ ਚੁੱਕਿਆ, ਨਬੀਆਂ ਦਾ ਜ਼ਿੰਮਾ ਵੀ ਸਿਰਫ ਪਹੁੰਚਾਉਣ ਦਾ ਸੀ। ਅੱਛਾ ਅਸਫ ਭਾਈ ਉਹ ਇੱਕ ਰਾਫਜ਼ੀ ਆਇਆ ਸੀ ਅੱਗੇ, ਉਹਦੇ ਨਾਲ ਕੀ ਗੱਲਬਾਤ ਹੋਈ ਉਹ ਮੈਨੂੰ ਜ਼ਰਾ ਦੱਸੋ। ਯਾਰ ਨੀਚੇ ਨਾ ਸਾਰੇ ਜੋ ਭਾਈ ਬੈਠੇ ਹੋਏ ਆ ਨਾ ਇਹ ਡਬਲ ਟੈਪ ਕਰੇ ਔਰ ਬਰੋਡ ਕੋ ਨਾ ਸ਼ੇਅਰ ਕਰਤੇ ਜਾਏ ਤਾਂ ਕਿ ਕੋਈ ਰਾਫਜ਼ੀ ਜਾਂ ਮਰਜ਼ਈ ਆਏ ਔਰ ਉਸੇ ਗੁਫ਼ਤਗੂ ਹੋ ਸਕੇ। ਚਲੋ ਅਲੀ ਗੁਜਰ ਸਾਹਿਬ ਨੈਟ ਤੋਂ ਹਵਾਲਾ ਲੱਭ ਗਿਆ ਕਿ ਨਹੀਂ? ਨਹੀਂ ਬਾਈ ਜੀ ਮਿਊਟ ਤੁਸੀਂ ਸ਼ਾਇਦ ਲਾਇਆ, ਮੈਨੂੰ ਨਹੀਂ ਪਤਾ ਸੀ ਮਿਊਟ ਲੱਗਿਆ ਹੋਇਆ। ਚਲੋ ਹੁਣ ਦੱਸੋ ਸਾਨੂੰ ਨਬੀਏ ਪਾਕ ਨੇ, ਤੁਸੀਂ ਕਿਹਾ ਸਿਰਫ ਇੱਕ ਦਫ਼ਾ ਨਬੀਏ ਪਾਕ ਨੇ ਹਜ਼ਰੇ ਅਸਫ਼ਦ ਨੂੰ ਚੁੰਮਿਆ ਹੈ, ਇਹ ਕਿੱਥੋਂ ਪੜਿਆ ਸਾਨੂੰ ਉਹ ਦਲੀਲ ਦੇ ਦਿਓ। ਔਰ ਅੱਛਾ ਚਲੋ ਮੈਂ ਤੁਹਾਨੂੰ ਦਿਆਂ ਦਾ ਬਾਅਦ ਹੀ, ਲੇਕਿਨ ਭਾਈ ਜਿਹੜੇ ਨੇ ਇਹ ਜਿਹੜੇ ਹੋਸਟਲ ਬੈਠੇ ਨੇ ਇਹਨਾਂ ਆਖਿਆ ਹੈ ਕਿ ਨਬੀ ਪਾਸਾ ਸਲਮ ਜ਼ਿੰਦਗੀ 'ਚ ਅਗਰ ਇੱਕ ਵਾਰੀ ਕੋਈ ਕੰਮ ਕਰਨਾ ਹੈ ਉਹ ਸੁਨਤ ਨਹੀਂ ਕਰਾਈ ਜਾਂਦੀ ਹੈ, ਇਹ ਕਿੱਥੋਂ ਸਾਬਤ ਕਰਦੇ ਨੇ ਚੀਜ਼ ਨੂੰ? ਮੈਨੂੰ ਦੱਸੋ ਕਿ ਸੁਨਤ ਕਿਸ ਚੀਜ਼ ਨੂੰ ਕਿਹਾ ਜਾਂਦਾ, ਇਹਦਾ ਜਵਾਬ ਦੇ ਦਿਓ। ਜੋ ਨਬੀ ਪਾਸਾ ਸਲਮ ਨੇ ਜ਼ਿੰਦਗੀ ਵਿੱਚ ਇੱਕ ਵਾਰੀ ਵੀ ਕੀਤਾ ਹੋਵੇ ਨਾ ਉਸ ਨੂੰ ਸੁਨਤ ਆਉਂਦੇ ਨੇ। ਅੱਛਾ ਨਬੀ ਪਾਕ ਨੇ ਇੱਕ ਦਫ਼ਾ ਵੀ ਕੀਤਾ ਹੋਵੇ ਉਹਨੂੰ ਸੁਨਤ ਆਉਂਦੇ ਨੇ, ਐਸਾ ਹੀ ਹੈ? ਹਾਂਜੀ। ਕਾਇਦਾ ਕਿੱਥੋਂ ਪੜਿਆ ਉਹ ਕਾਇਦਾ ਸਾਨੂੰ ਵੀ ਅੱਜ ਪੜਾ ਦਿਓ। ਜੋ ਨਬੀ ਪਾਕ ਨੇ ਸਿਰਫ ਇੱਕ ਦਫ਼ਾ ਵੀ ਕੀਤਾ ਹੋਵੇ ਉਹ ਸੁਨਤ ਹੋ ਜਾਂਦਾ ਹੈ, ਸਾਨੂੰ ਕਾਇਦਾ ਪੜਾ ਦਿਓ। ਕਿੱਥੋਂ ਤੁਹਾਨੂੰ ਪੜਾ, ਕਿੱਥੋਂ ਪੜਾ ਕੇ ਦਈਏ ਤੁਹਾਨੂੰ? ਤੁਸੀਂ ਕਿੱਥੋਂ ਪੜ ਲਿੱਤਾ? ਅਸੀਂ ਤਾਂ ਕਿਤਾਬ ਵਿੱਚੋਂ ਪੜਿਆ ਨਾ, ਉਲਮਾ ਕੋਲ ਸੁਣਿਆ। ਉਹ ਸਾਨੂੰ ਵੀ ਕਿਤਾਬਾਂ 'ਚੋਂ ਪੜਾ ਦਿਓ, ਅਸੀਂ ਕਦੋਂ ਤੁਹਾਨੂੰ ਕਹਿ ਰਿਹਾ ਕੋਈ ਸਾਨੂੰ ਕੋਈ ਉਹ ਤਰਾਇਤ ਤਬੂਰ 'ਚ ਪੜਾਓ, ਸਾਨੂੰ ਵੀ ਉਹਨਾਂ ਕਿਤਾਬਾਂ 'ਚੋਂ ਪੜਾਓ ਨਾ ਬਾਈ। ਹੁਣ ਮੈਂ ਅਸਲ ਗਲੀ ਵਿੱਚ ਆ, ਮੈਂ ਗਲੀ ਵਿੱਚ ਆ, ਮੈਂ ਤੁਹਾਨੂੰ ਇੱਥੇ ਕਿੱਥੋਂ ਕਿਤਾਬ ਕੱਢ ਕੇ? ਹਾਂ ਅਗਰ ਤੁਸੀਂ ਮੈਂ ਤੁਹਾਨੂੰ ਛੱਡਿਆ ਹੀ ਏ, ਹੁਣ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ, ਇੱਕ ਸਵਾਲ ਦਾ ਜਵਾਬ ਦੇ ਦਿਓ। ਮੈਂ ਹੁਣ 5 ਮਿੰਟ ਸਿਰ ਫਰੀ ਆ ਬਾਈ। ਨੇ ਸੋਮੇ ਵਿਸਾਲ ਦੇ 3 ਰੋਜ਼ੇ ਰੱਖੇ, ਪਤਾ ਜੀ ਉਹਨਾਂ 3 ਰੋਜ਼ਿਆਂ ਦਾ? ਨਬੀਏ ਪਾਕ ਨੇ ਸੋਮੇ ਵਿਸਾਲ ਦੇ 3 ਰੋਜ਼ੇ ਰੱਖੇ ਸਨ, ਆਪ ਰੋਜ਼ਾ ਰੱਖਦੇ ਸਨ, ਇਫਤਾਰੀ ਕੀਤੇ ਬਗੈਰ ਫਿਰ ਅਗਲਾ ਰੋਜ਼ਾ ਰੱਖ ਲੈਂਦੇ ਸਨ, ਫਿਰ ਅਗਲਾ ਰੋਜ਼ਾ ਰੱਖ ਲੈਂਦੇ ਸਨ, ਇਸ ਤਰ੍ਹਾਂ 3 ਰੋਜ਼ੇ ਰੱਖੇ, ਤੇ ਉਹ ਜਿਹੜਾ ਅਮਲ ਹੈ ਉਹ ਸੁਨਤ ਹੋ ਗਿਆ? ਹਾਂ ਜੀ ਬਿਲਕੁਲ ਸੁਨਤ ਹੋ ਗਿਆ। ਅੱਛਾ ਅੱਛਾ ਠੀਕ ਹੋ ਗਿਆ। ਤੁਸੀਂ ਕਦੇ ਸਾਰੀ ਜ਼ਿੰਦਗੀ ਦੇ ਵਿੱਚ ਉਹ 3 ਰੋਜ਼ੇ ਇਕੱਠੇ ਰੱਖੇ ਨਾ, ਬਗੈਰ ਇਫਤਾਰੀ ਸਹਿਰੀ ਕੀਤੇ ਇਫਤਾਰੀ ਕੀਤੇ? ਨਹੀਂ ਰੱਖੇ। ਅੱਛਾ ਤੇ ਕਿਸੇ ਇੱਕ ਸਹਾਬੀ ਨੇ ਵੀ ਉਹ 3 ਰੋਜ਼ੇ ਇਕੱਠੇ ਰੱਖੇ ਹੋਣ ਬਗੈਰ ਸਹਿਰੀ ਇਫਤਾਰੀ ਕੀਤੇ? ਉਹ ਸਰ ਜੀ ਤੁਹਾਡੇ ਤੁਹਾਡੇ ਜਿਹੜੇ ਐ ਨੇ ਨਾ ਅਬਰੇਲਵੀ ਨੇ ਇਹ ਸਾਬਤ ਕਰਦੇ ਨੇ ਛੱਡ ਦਿਓ ਬਰੇਲਵੀਆਂ ਨੂੰ ਛੱਡ ਦਿਓ ਜਿਹੜੇ ਨੇ ਬਰੇਲਵੀਆਂ ਨੂੰ ਛੱਡ ਦਿਓ ਸ਼ੇਖ ਅਬਦੁਲ ਕਾਦਰ ਜਲਾਨੀ ਨੂੰ ਵੀ ਫਿਲਹਾਲ ਛੱਡ ਦਿਓ ਸ਼ੇਖ ਅਬਦੁਲ ਕਾਦਰ ਜਲਾਨੀ ਨੂੰ ਵੀ ਫਿਲਹਾਲ ਛੱਡ ਦਿਓ ਜਿਹੜੀ ਗੱਲ ਮੈਂ ਕਰਨਾ ਪਿਆ ਨਾ ਮੈਨੂੰ ਉਹਦਾ ਜਵਾਬ ਦਿਓ ਮੈਂ ਜਿਹੜੀ ਗੱਲ ਕਰਨਾ ਪਿਆ ਨਾ ਮੈਨੂੰ ਉਹਦੀ ਜਵਾਬ ਦਿਓ ਛੱਡ ਦਿਓ ਸ਼ੇਖ ਅਬਦੁਲ ਕਾਦਰ ਜਲਾਨੀ ਨੂੰ ਵੀ ਛੱਡ ਦਿਓ ਬਰੇਲਵੀਆਂ ਨੂੰ ਵੀ ਛੱਡ ਦਿਓ ਠੀਕ ਹੈ ਮੰਨ ਲਈ ਤੁਹਾਡੀ ਗੱਲ ਬਾਈ ਜੀ ਸਹਾਬਾ ਕਰਾਮ ਨੇ ਵੀ ਨਹੀਂ ਕੀਤਾ ਠੀਕ ਹੈ ਜਿਹੜੀ ਮੈਂ ਤੁਹਾਨੂੰ ਹਦੀਸ ਬਿਆਨ ਕੀਤਾ ਇਹਦਾ ਜਵਾਬ ਦੇ ਦਿਓ ਕਿਹੜੀ ਇਹ ਸੁਨਤ ਕਿਵੇਂ ਹੋ ਗਿਆ ਮੈਨੂੰ ਇਹ ਦੱਸੋ ਸੁਨਤ ਕਿਵੇਂ ਹੋ ਗਿਆ ਨਬੀ ਪਾਸਾ ਸਲਮ ਨੇ ਇਸ ਦਿਨ ਮੈਂ ਬੋਲਿਆ ਇੱਕ ਵੀ ਜ਼ਿੰਦਗੀ ਵਿੱਚ ਇੱਕ ਕੰਮ ਵੀ ਕੋਈ ਕੀਤਾ ਨਾ ਉਹ ਸੁਨਤ ਹੈ ਸਾਡੇ ਲਈ ਯਾਰ ਇਹ ਕਿੱਥੋਂ ਕਾਇਦਾ ਪੜਿਆ ਇਹ ਸਾਨੂੰ ਕਾਇਦਾ ਪੜਾ ਦਿਓ ਨਾ ਮੈਂ ਤੁਹਾਨੂੰ ਕਹਿ ਤਰਿਆਂ ਕਾਇਦਾ ਪੜਾ ਦਿਓ ਤੁਸੀਂ ਪਹਿਲੇ ਸਵਾਲ ਆਪਣਾ ਮੁਕੰਮਲ ਕਰ ਲਓ ਨਾ ਕਿ ਨਬੀ ਪਾਸਾ ਸਲਮ ਨੇ ਰੋਜ਼ੇ ਰੱਖੇ ਨੇ ਫਿਰ ਤੁਸੀਂ ਪੁੱਛ ਰਹੇ ਹੋ ਤੂੰ ਰੱਖੇ ਨੇ ਫਿਰ ਸਾਬਾ ਕਰਾਮ ਨੇ ਮੈਂ ਬੋਲੇ ਨਹੀਂ ਇਸ ਨੂੰ ਕੀ ਸਾਬਤ ਕਰਨਾ ਚਾਹੁੰਦੇ ਹੋ ਤੇ ਮੈਂ ਤੁਹਾਨੂੰ ਉਹੀ ਦੱਸਦਾ ਮੈਂ ਤੁਸੀਂ ਕਿਹਾ ਨਬੀਏ ਪਾਕ ਨੇ ਕੋਈ ਇੱਕ ਅਮਲ ਵੀ ਕੀਤਾ ਹੋਵੇ ਉਹ ਸੁਨਤ ਹੋ ਜਾਂਦਾ ਤੇ ਮੈਂ ਉਹੀ ਪੁੱਛਣਾ ਪਿਆ ਕਿ ਸਹਾਬਾ ਨੇ ਕਦੀ ਇਹ ਸੁਨਤ ਤੇ ਅਮਲ ਕੀਤਾ ਕਿ ਕੋਈ ਨਹੀਂ ਕੀਤਾ ਕਿ ਸਹਾਬਾ ਸੁਨਤ ਤੇ ਅਮਲ ਕਰਦੇ ਕੋਈ ਨਹੀਂ ਸਨ ਅੱਛਾ ਹੁਣ ਇਹ ਜਿਹੜਾ ਬਿਆਨ ਕਰਦੇ ਨੇ ਕਿ ਨਬੀ ਪਾਸਾ ਸਲਮ ਦਾ ਉਹਦ ਵਿੱਚ ਦੰਦ ਮਾਰ ਕੇ ਸ਼ਹੀਦ ਹੋ ਗਏ ਸੀ ਗਲਤ ਬਿਲਕੁਲ ਗਲਤ ਕਿਸੇ ਨੇ ਕੁਛ ਨਹੀਂ ਕੀਤਾ ਝੂਠ ਹੈ ਨਿਰਾ ਤੇ ਫਿਰ ਤੁਹਾਡੀ ਕਿਤਾਬਾਂ ਕਿਉਂ ਲਿਖਿਆ ਹੈ ਤੁਹਾਡੇ ਉਲਮਾ ਕਿਉਂ ਕਹਾਣੀਆਂ ਨਾ ਸੁਣਾਓ ਕਹਾਣੀਆਂ ਕਹਾਣੀਆਂ ਨਹੀਂ ਸੁਣਾਈ ਦੀਆਂ ਸ਼ਹੀਦ ਹੋਇਆ ਸਾਬਤ ਕਰਾ ਜਿਹੜੀ
ਯਾਰ ਜਿਹੜੀ ਮੈਂ ਗੱਲ ਕਰਨਾ ਪਿਆ ਉਹਦਾ ਜਵਾਬ ਦਿਓ ਜੀ ਢੋੜ ਕੇ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਟੁਰ ਜਾਂਦੇ ਹੋ ਗਲਤ ਰਹਿ ਨਾ ਬਾਈ ਜੀ ਮੈਂ ਸਭ ਨੂੰ ਵਹਾ ਦਿੰਦੀ ਸੀ ਤੇ ਦੰਦ ਮੁਬਾਰਕ ਚਾਹੀਦੇ ਦੱਸੋ ਇਹ ਤੁਹਾਡੇ ਜਿਹੜੇ ਉਲਮਾ ਦੇ ਨਾਲ ਇਹ ਜਿਹੜੇ ਤੁਹਾਡੇ ਤੁਹਾਡੇ ਉਲਮਾ ਨੇ ਉਹੀ ਬਿਆਨ ਕਰਦੇ ਨੇ ਸਰ ਜੀ ਹੁਣ ਅਸੀਂ ਕਿਹਨੂੰ ਸੁਣੀਏ ਦੱਸੋ ਜਿਹੜੇ ਮੁਹੰਮਦ ਮਿਰਜ਼ਾ ਸੁਣੀਏ ਤੁਹਾਡੇ ਜਿਹੜੇ ਨੇ ਤੁਸੀਂ ਆਪਣੇ ਖੂਦ ਦੇ ਉਲਮਾ ਨੂੰ ਜਾਂ ਮੌਲਵੀ ਜਿਹੜੇ ਨੇ ਉਹਨਾਂ ਨੂੰ ਨਹੀਂ ਮੰਨਦੇ ਆ ਗੁਜਰ ਸਾਹਿਬ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕਿਹਾ ਕਿ ਨਬੀਏ ਪਾਕ ਤੁਸੀਂ ਕਿਹਾ ਨਬੀਏ ਪਾਕ ਨੇ ਕੋਈ ਇੱਕ ਅਮਲ ਵੀ ਸਾਰੀ ਜ਼ਿੰਦਗੀ ਕੀਤਾ ਉਹ ਸੁਨਤ ਬਣ ਜਾਂਦਾ ਮੈਂ ਕਿਹਾ ਤੁਸੀਂ ਇਹ ਕਾਇਦਾ ਕਿੱਥੋਂ ਪੜ੍ਹਿਆ ਤੁਸੀਂ ਕਿਹਾ ਜੀ ਐਸੀ ਕਿਤਾਬਾਂ 'ਚ ਪੜ੍ਹਿਆ ਮੈਂ ਕਿਹਾ ਚਲੋ ਉਹ ਕਿਤਾਬ ਦੱਸ ਦਿਓ ਤੁਸੀਂ ਉਹ ਕਿਤਾਬ ਵੀ ਨਹੀਂ ਦੱਸੀ ਫਿਰ ਤੁਸੀਂ ਆ ਗਏ ਜੀ ਵਸੇ ਭਾਗ ਤੇ ਓਏ ਉੱਥੇ ਉਹ ਗੱਲਾਂ ਬਾਅਦ 'ਚ ਹੋਣਗੀਆਂ ਪਹਿਲੇ ਆ ਕਾਇਦਾ ਤੇ ਦੱਸੋ ਸਾਨੂੰ ਕਿੱਥੇ ਲਿਖਿਆ ਨਬੀਏ ਪਾਕ ਅੱਛਾ ਮੈਂ ਇੱਕ ਅਮਲ ਠੀਕ ਫਿਰ ਉਹ ਮੈਂ ਵੀ ਦੱਸਣਾ ਉਹ ਸੁਨਤ ਤੇ ਸੁਨਤ ਮੌਕਦਾ ਹੁੰਦੀ ਹੈ ਸੁਨਤ ਤੇ ਗੈਰ ਮੌਕਦਾ ਹੈ ਸੁਨਤ ਤੇ ਵਾਜਬ ਹੈ ਸੁਨਤ ਤੇ ਮੁਸਤਹਬ ਹੈ ਇਹ ਵੀ ਮੈਨੂੰ ਨਾਲ ਦੱਸਣਾ ਤੁਸੀਂ ਠੀਕ ਹੈ ਅੱਛਾ ਅੱਛਾ ਹੁਣ ਮੈਂ ਤੁਹਾਡੇ ਕੋਲ ਸਵਾਲ ਪੁੱਛਦਾ ਵਾਂ ਅਗਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਇੱਕ ਹਦੀਸ ਬਿਆਨ ਕਰਦੇ ਨੇ ਔਰ ਛੜੀ ਇੱਕ ਵਾਰੀ ਬਿਆਨ ਕਰਦੇ ਨੇ ਭੁਲਾ ਇੱਕ ਵਾਰੀ ਛੜੀ ਹਦੀਸ ਬਿਆਨ ਕਰਦੇ ਨੇ ਤੇ ਕਿਆ ਉਹ ਸਾਡੇ ਵਾਸਤੇ ਉਸ ਨੂੰ ਫਾਲੋ ਕਰਨਾ ਨਹੀਂ ਹੈ ਅੱਛਾ ਇਹਦੇ ਨਾਲ ਸੁਨਤ ਸਾਬਤ ਹੋ ਜਾਂਦੀ ਹੈ ਸੁਨਤ ਕੁਛ ਹੋਰ ਸ਼ਾਇ ਹਦੀਸ ਕੁਛ ਹੋਰ ਸ਼ਾਇ ਸੁਨਤ ਕੁਛ ਹੋਰ ਸ਼ਾਇ ਹਦੀਸ ਕੁਛ ਹੋਰ ਸ਼ਾਇ ਕੋਈ ਅਕਲ ਹੈ ਤੁਹਾਨੂੰ ਮੈਨੂੰ ਇਹ ਗੱਲ ਦੱਸੋ ਬਿਲਕੁਲ ਗਲਤ ਨਬੀ ਹਦੀਸ ਦੀਆਂ ਕਿੰਨੀਆਂ ਕਿਸਮਾਂ ਨੇ ਇਹਦਾ ਜਵਾਬ ਦੇ ਦਿਓ ਚਲੋ ਛੱਡੋ ਬਾਕੀ ਗੱਲਾਂ ਦੀ ਬਾਕੀ ਤੁਹਾਨੂੰ ਪਤਾ ਸਵਾਲ ਨਹੀਂ ਆਣੇ ਇਹਦਾ ਜਵਾਬ ਦੇ ਦਿਓ ਹਦੀਸ ਦੀ ਕਿੰਨੀਆਂ ਕਿਸਮਾਂ ਨੇ ਨਹੀਂ ਮੈਨੂੰ ਨਹੀਂ ਮੈਨੂੰ ਇਤਨਾ ਇਲਮ ਨਹੀਂ ਆ ਕਿਤਨੀਆਂ ਮੈਂ ਹਦੀਸ ਦੀਆਂ ਤਿੰਨ ਕਿਸਮਾਂ ਨੇ ਹਦੀਸੇ ਕੌਲੀ ਹਦੀਸੇ ਫੇਲੀ ਹਦੀਸੇ ਤਕਰੀਰੀ ਇਹ ਸਮਝਾ ਦਿਓ ਸਾਨੂੰ ਚਲੋ ਛੱਡੋ ਗੱਲਾਂ ਬਾਕੀ ਦੀਆਂ ਹਦੀਸੇ ਫੇਲੀ ਉਹ ਵੇ ਜੋ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਖੁਦ ਕੀਤੀ ਕੀਤਾ ਵੀ ਹੋਵੇ ਬਿਆਨ ਕਰਕੇ ਸਹੀ ਹੈ ਕੌਲੀ ਹੋਵੇ ਜੋ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਬਿਆਨ ਕੀਤਾ ਹੋਵੇ ਇਸ ਤਰ੍ਹਾਂ ਹੀ ਅੱਛਾ ਹਦੀਸ ਤਕਰੀਰੀ ਤਕਰੀਰੀ ਦਾ ਮੈਨੂੰ ਪਤਾ ਸਹੀ ਹੋ ਗਿਆ ਇਹਦਾ ਤੁਹਾਨੂੰ ਨਹੀਂ ਪਤਾ ਤੇ ਇਹਦਾ ਤੁਹਾਨੂੰ ਮੈਂ ਫਸਾ ਦਿੰਦਾ ਹੁਣ ਸੁਣ ਲਓ ਮੈਨੂੰ ਕੋਈ ਇਹਦੇ ਵਿੱਚ ਸ਼ਰਮ ਨਹੀਂ ਅਗਰ ਤੁਸੀਂ ਮੈਨੂੰ ਦੱਸਣਾ ਅੱਛਾ ਸੁਣ ਲਓ ਹਦੀਸ ਤਕਰੀਰੀ ਉਹਨੂੰ ਕਹੀਦਾ ਕਿ ਨਬੀ ਪਾਕ ਦੇ ਸਾਹਮਣੇ ਕੋਈ ਅਮਲ ਹੋਇਆ ਤੇ ਨਬੀ ਪਾਕ ਨੇ ਉਸ ਤੋਂ ਮਨਾ ਨਹੀਂ ਕੀਤਾ ਠੀਕ ਹੈ ਮੈਨੂੰ ਕਹੀਦਾ ਹਦੀਸ ਤਕਰੀਰੀ ਤੇ ਮੈਨੂੰ ਹੁਣ ਇਹ ਗੱਲ ਦੱਸੋ ਓਕੇ ਜਿਹੜਾ ਤੁਸੀਂ ਕਿਹਾ ਕਿ ਜਦੋਂ ਸੁਣਦੇ ਤੁਸੀਂ ਗਾਣੇ ਪਏ ਹੋ ਤੇ ਆਏ ਤੁਸੀਂ ਇਸਲਾਮਿਕ ਬਰੋਡ ਤੇ ਹੋ ਕਮਾਲ ਹੋ ਗਿਆ ਯਾਰ ਓ ਬਾਈ ਜੀ ਗਾਣੇ ਨਹੀਂ ਸੁਣ ਰਿਹਾ ਮੈਂ ਇੱਥੇ ਜਿਮ ਤੇ ਆਇਆ ਹੋਇਆ ਵਾਂ ਪਿੱਛੇ ਆਜ਼ਾਨਾਂ ਹੋ ਰਹੀਆਂ ਓ ਨਹੀਂ ਜ਼ਾਨਾ ਨਹੀਂ ਬਾਈ ਜੀ ਜਿਮ ਤੇ ਆਇਆ ਹੋਇਆ ਉੱਥੇ ਗਾਣੇ ਲੱਗੇ ਨੇ ਮੈਂ ਬੰਦ ਨਹੀਂ ਕਰਾ ਸਕਦਾ ਹਲੋ ਠੀਕ ਹੋ ਗਿਆ ਤੁਸੀਂ ਫਿਰ ਮਿਊਟ ਕਰ ਲਓ ਮਿਊਟ ਕਰ ਲਓ ਫਿਰ ਤੁਸੀਂ ਬਾਅਦ ਚ ਆਉਣਾ ਸਾਡੇ ਕਰ ਲਓ ਪਹਿਲੇ ਜਿਮ ਤੋਂ ਫਰਕ ਹੋ ਜਾਊਗਾ ਫਿਰ ਬਾਅਦ ਚ ਆ ਜਾਗਾ ਇਨਸ਼ਾਅੱਲਾ ਹਾਂ ਜੀ ਸਹੀ ਅੱਛਾ ਸੁਹੇਲ ਭਾਈ ਆਪਨੇ ਨਾ ਵੋ ਕੱਲ ਇੱਕ ਸਵਾਲ ਪੁੱਛਾ ਥਾ ਤੋ ਮੈਂ ਆਪਕੋ ਵੋ ਉਸਕਾ ਜਵਾਬ ਦੇਤਾ ਚਲੂੰ ਵੋ ਜੋ ਆਪਨੇ ਇੱਕ ਬਾਤ ਕੀ ਥੀ ਪੁੱਛੀ ਥੀ ਨਾ ਕਿ ਵੋ ਅਬਦਾਲ ਵਾਲੀ ਜੋ ਰਵਾਇਤ ਹੈ ਤੋ ਇਹ ਨਾ ਮੁਸਨਦ ਦੇ ਅਹਿਮਦ ਕੇ ਅੰਦਰ ਵੀ ਮੌਜੂਦ ਹੈ ਦੋ ਤੁਰਕ ਸੇ ਫਿਰ ਅਲ ਮੌਜਮੁਲ ਕਬੀਰ ਕੇ ਅੰਦਰ ਵੀ ਨਾ ਇਹ ਮੌਜੂਦ ਹੈ ਔਰ ਉਸਸੇ ਦੋ ਦਿਨ ਪਹਿਲੇ ਗਾਲਬਨ ਆਪਨੇ ਕੋ ਸਵਾਲ ਕੀਆ ਥਾ ਹਜ਼ਰਤ ਉਮਰ ਕੋ ਬਾਰੇ ਮੇਂ ਕਿਆ ਫਿਜ਼ਾਨ ਭਾਈ ਵੋ ਮੈਨੇ ਚੈੱਕ ਕੀ ਥੀ ਵੋ ਤਅੱਦੁ ਦੇ ਤੁਰਕ ਬਹੁਤ ਜ਼ਿਆਦਾ ਉਸਕੇ ਭਾਈ ਜਾਨ ਉਸਕੇ ਤਅੱਦੁ ਕੇ ਤੁਰਕ ਬਹੁਤ ਜ਼ਿਆਦਾ ਹੈ ਉਨਕੀ ਵਜ੍ਹਾ ਸੇ ਵੋ ਦਰਜੇ ਹਸਨ ਤੱਕ ਪਹੁੰਚ ਜਾਂਦੇ ਠੀਕ ਹੈ ਖਾਲੀ 2 ਸੇ 3 ਤੁਰਕ ਤੋਂ ਮੁਸਨਦ ਅਹਿਮਦ ਕੇ ਅੰਦਰ ਮੌਜੂਦ ਹੈ ਐਸਾ ਹੀ ਹੈ ਮੈਨੇ ਚੈੱਕ ਕੀ ਥੀ ਵੋ 2-3 ਜਗ੍ਹਾ ਪੇ ਹੈ ਲੇਕਿਨ ਵੋ ਉਸਕੀ ਸਨਦ ਉਧਰ ਸਟੇਟਸ ਜ਼ਾਇਫ ਆ ਰਹਾ ਥਾ ਉਸਕਾ ਵੋ ਸਟੇਟਸ ਵਹਾਂ ਪੇ ਜ਼ਾਇਫ ਭਾਬੀਓ ਕੇ ਐਪ ਹੈ ਨਾ ਵੋ ਜੋ ਆਪਕੋ ਪਤਾ ਫਿਰ ਤਅੱਦੁ ਦੇ ਤੁਰਕ ਕੀ ਵਜ੍ਹਾ ਸੇ ਹਦੀਸ ਜੋ ਹੈ ਨਾ ਦਰਜਾ ਹਸਨ ਤੱਕ ਪਹੁੰਚ ਜਾਂਦੀ ਹੈ ਔਰ ਉਲਮਾ ਵੀ ਇਸ ਜੋ ਹੈ ਫਿਰ ਵੋ ਇਸਤਦਲਾਲ ਕਰਤੇ ਰਹੇ ਹੈ ਤੋ ਤਲੱਕੀ ਬਿਲ ਕਬੂਲ ਵੀ ਹੈ ਅੱਛਾ ਔਰ ਇੱਕ ਹੋਰ ਜੋ ਮੈਨੇ ਅਰਜ਼ ਕੀਤੀ ਪਹਿਲੇ ਨਾ ਇੱਕ ਮੈਨੇ ਰਵਾਇਤ ਬਿਆਨ ਕੀਤੀ ਕਿ ਹਜ਼ਰਤ ਉਮਰ ਨੇ ਹਜ਼ਰਤ ਮੁਸਅਬ ਬਿਨ ਉਬੈਰ ਕੇ ਮਾਰੇ ਵਿੱਚ ਜਬ ਉਹ ਕਲਮਾ ਪੜ੍ਹਨੇ ਆਏ ਥੇ ਅਭੀ ਕਲਮਾ ਨਹੀਂ ਪੜ੍ਹਾ ਤਾਂ ਫਰਮਾਇਆ ਇਸ ਕੁੱਤੇ ਕੋ ਪਕੜੋ ਯੇ ਰਸੂਲਲਾ ਕੋ ਇਜ਼ਾ ਪਹੁੰਚਾਨੇ ਆਇਆ ਇਹ ਜੋ ਰਵਾਇਤ ਹੈ ਨਾ ਇਹ ਮਜਮਾ ਉਜ਼ ਜ਼ਵਾਇਦ ਜੋ ਹੈ ਸੇ ਵਾਲੇ ਅਲਫਾਜ਼
ہاں جی ہاں جی یہی الفاظ امام حسن کی جو کتاب ہے نا مجموع الزوائد یہ اس کے اندر موجود ہیں یہ الفاظ آپ اس وقت نا مجھے سینڈ کیجئے گا وہ کتے والے الفاظ وہ کتے والے الفاظ مجھے نہیں ملے وہ روایت تو مجھے مل گئی تھی لیکن کتے والے الفاظ نہیں ملے میں کرتا ہوں وہ ابو حافظ بھائی کو میں نے نا روایت پڑھائی تھی بعد میں تو آپ اس وقت چلے گئے ہوئے تھے تو میں نے وہ روایت لگائی بھی تھی سامنے وہ میں انشاءاللہ نکال میں نے سکرین شاٹ لیا تھا اس میں بھی کتے والے الفاظ نہیں ہیں نا وہ جو آپ نے لگائی تھی نا سامنے اس میں بھی کتے والے الفاظ نہیں تھے ایک منٹ میرے پاس شاید پڑا ہو میں نکال کے دکھاتا ہوں آپ کو صرف ایک منٹ ٹھہرے ہاں ہاں وہ چیک کریں اس میں کتے کے الفاظ نہیں ہیں یہ نا یہ سامنے آ گئی روایت ایک دو تین چار پانچ چھ سات آٹھ نو ذرا بڑی سکرین پہ کیجئے گا ایک گیارہویں لائن ہے گیارہویں لائن اس کی کہا اور بڑی سکرین پہ کیجئے گا ذرا وہ آصف بھائی مجھے لگتا ہے شاید نا کام وغیرہ کر رہے ہیں وہ شاید نماز پڑھنے چلے گئے ہیں اس ٹائم ان کی طرف اذان ہو رہی تھی شاید اچھا یہ نا لکھا ہوا سامنے تلوار میں آ کے سینڈ کر دیجئے گا میں واپس آ گیا ہوں جی دوستو بڑی سکرین پہ کیجئے گا بڑی سکرین پہ کیجئے گا ان کو سہیل بھائی آپ کو ہی کرنا تھا نا بڑی سکرین پہ نہیں نہیں فیضان بھائی کو تو فیضان بھی تو آلریڈی بڑی سکرین پہ تھے وہ تو آلریڈی بڑی سکرین پہ تھے لیکن ان کی طرف سے نا نیٹ کا ہاں نہیں ہوگی بڑی سکرین ہوگی ہے لیکن فیضان بھائی کا غالباً نا نیٹ میرے خیال سے نا وہ فارغ ہے اچھا یہ نا ہاں جی بتائیے گا کون سی لائن پہ ہے گیارہویں لائن ایک دو تین چار ایک منٹ ایک دو تین چار پانچ چھ سات آٹھ نو دس گیارہ جی کہا یہ کتا خدا کا دشمن اچھا یہ عربی میں بھی کتے کا لفظ ہے یہ حاضر قلب اس طرح کے الفاظ ہیں ظاہر سی بات ہے قلب کے الفاظ ہیں نا ترجمہ کیا نا چلیں ٹھیک نہیں ترجمہ کئی دفعہ چینج بھی ہو جاتا ہے نا خاص طور پہ یہ جو اپنا اسلام 360 ہے نا اس میں تو بہت زیادہ ترجمہ چینج ہے یہ تو بات صاحب کو پتہ ہی ہے پھر جس نے بنائی ہے نا ویسے یہ جو ہے نا الفاظ حدیث کے موجود ہیں قلب کے حضرت عمر نے قلب کہہ کے بنایا جس نے بنائی ہے اسلام 360 بھی جس نے بنائی ہے وہ بھی اسٹوڈنٹ ہے نا جی پتا ہے مجھے وہ اسٹوڈنٹ ہے جی بڑا پکا مرزا انجینئر کا اسٹوڈنٹ ہے وہ بندہ اور اس کی آپ شکل دیکھیں نا کبھی یقین مانے لعنت اس کے چہرے پہ پڑی ہوئی ہے اچھا اب اس نے نیا ایک کام شروع پتا کیا کیا اس نے جو روایتیں جن کا انٹرنیشنل نمبر موجود ہے نا وہ نمبر بھی اس نے بدلنے شروع کر دیے تاکہ جو روایتیں مرزا انجینئر بتائے گا نا وہ سوائے 360 کے کہیں پہ اور آپ کو ملے ہی نہ یہ بھی اس نے کام شروع کیا ہے صحیح ہو گیا بات کرنے کا مقصد یہ ہے اپنا فیضان بھائی یہ جو ابھی آئے تھے نا ابھی یہ راضی جب آیا ہے نا تو میں نے پھر اس کی ٹنڈ کی ہے میں نے اس کی سب نے دیکھی ہے ہوا اصل میں یہ ہے کہ آپ کو پتا ہے میرا تو رد رافضیت پہ میرا اتنا وہ نہیں ہے لیکن حوالے تو میں پتا ہے نا کدھر کدھر پڑے ہیں وہ پھر اس نے مجھے نکالی گالیاں میں نے پھر اسے کہا یار اب تو نے گالیاں نکالی ہیں اب جائیں نا اب ادھر ہی بیٹھا رہی وہ پھر بیٹھا رہا ادھر پھر میں نے جب حوالے لگائے تو کہتا نہیں یہ بھی لانتی ہے یہ بھی حرامی ہے فلانا بھی حرامی ہے پھر اب اپنی بابو کو گھر حرامی قرار دے گیا سب کو بالکل بالکل تو یہ چیز ہے ابو حسن بھائی کہتے ہیں کوئی فرقہ نہیں بنایا اور فرقے کی پوری دکان تیار کی ہے پوری ایپ ایک تیار کر دی ہے اور وہیں سے لوگوں کو حوالے دیے ہیں اور وہیں پہ جا کے چیک کرو اور عربی نہیں پڑھنی بس ترجمہ پڑھ کے اپنا مقصد نکال لو بالکل ایسا ہی ہے اچھا میں نے سہیل بھائی یہ میں مبالغے کی بات نہیں کر رہا مبالغہ رہی نہیں اس کے اندر
میں نے نا ایک دفعہ ایک روایت میں نے پڑھی، حالانکہ عربی اتنی زیادہ نہیں آتی الحمدللہ، حوالے تلاش کر کر کے نا تو وہ کافی حد تک اب ہمیں متن پڑھنے کے بعد نا اس کی سمجھ آ جاتی ہے کہ یار یہاں پہ بات کیا ہو رہی ہے. وہ میں نے ایک عربی میں نے ایک روایت پڑھی، تو وہ میں نے جب اس کا ترجمہ دیکھا نا تو وہ میں ایک دفعہ نا میں گھوم گیا، چکرا گیا ایک دفعہ، یار یہ ترجمہ کیا لکھا ہوا ہے. وہ جب میں نے جا کے پڑھا تو وہ دیکھا تو اس بندے نے ترجمے کے اندر بہت بڑی ڈنڈی ماری ہوئی ترجمے کے اندر. تو یہ ترجمے والی جو کتابیں ہیں نا، یہ بھی آپ دیکھیں کسی اوتھینٹک ادارے سے یہ پرنٹ ہوئی ہوں اور کسی جید عالم نے، چاہے وہ کسی بھی مکتبہ فکر سے ہو، یہ ضروری نہیں ہے کہ وہ دیوبندی ہو یا بریلوی ہو یا اہل حدیث ہو، ہو کوئی جید عالم، اس کا آپ ترجمہ پڑھیں آپ کو اس کے اندر کبھی بھی غلط ترجمہ نہیں ملے گا. تو یہ جو اس طرح کے ایرے گہرے قسم کے جو لوگ ہیں جنہوں نے ترجمے کر کے کتابیں چھاپی ہیں نا، جی جی فضان بھائی، دارالسلام کا دارالسلام کا مفتی راشد صاحب نے بھی نا اس کے بارے میں بتایا تھا، وہ دارالسلام سے دو نسخے چھپے ہیں ایک ہی کتاب کے نا. تو اب انہوں نے دو نسخے کے اندر ایک ہی حدیث کا الگ الگ ترجمہ کیا ہوا ہے الفاظوں کا. تو بہتر یہی ہے کہ کوئی مستند عالم ہو نا، اس کی جو کتاب ہے جو اس نے ترجمہ کیا ہو تو وہ پڑھنی چاہیے. اور کوشش کر کے آپ کو اگر نہیں بھی نہ آتی عربی سمجھ تو اس کا متن پہلے پڑھ لیں، پھر متن کے ساتھ ساتھ نا الفاظوں کو ملا کر اس کا ترجمہ کرنے کی کوشش کیا کریں ساتھ میں. اس سے آپ کو پتہ چل جائے گا کہ کئی الفاظ ایسے ہوتے ہیں کہ جو روایت کے اندر موجود نہیں ہوتے لیکن وہ مفہوماً جو ہے پھر ساتھ ذکر کر دیے جاتے ہیں. سب سے بڑی مثال تو آپ قرآن پاک سے لے لیں نا کہ اعوذ باللہ من الشیطان الرجیم، اللہ کے نام سے شروع کرتا ہوں جو بڑا مہربان رحم نہایت رحم والا ہے. اچھا اب یہاں پر لفظ شروع جو ہے یہ کس لفظ کا ترجمہ کیا گیا؟ یہ کسی بھی کا، یہاں پر جو اشروع ہوا ہے نا وہ مخذوف نکالا گیا، فعل مخذوف ہے، تو پھر اس کی وجہ سے جو ہے لفظ شروع کا ترجمہ کیا گیا اللہ کے نام سے شروع کرتا ہوں. تو یہ چیزیں جو ہیں یہ ساری ہوتی ہیں اس کے اندر. فیضان بھائی جب ہم مفتی صاحب سے ہم پڑھ رہے تھے نا تو ہم نے تو چلو مکمل نہیں کیا نا، تو یہ ہے کہ اس کے اندر جب ہم پڑھتے ہیں نا تو اس میں یہ پتہ چلتا ہے کہ جب بھی کوئی ترجمہ آپ کرتے ہیں نا تو پہلے نمبر پہ اس کے اندر یہ دیکھا جاتا ہے کہ کلام کے اندر جو ہے نا گفتگو کیا ہو رہی ہے، اس کا جو کلام کا جو ربط ہے نا وہ کیا ہے، پھر اس کے اندر مضاف کون سا ہے، مضاف علیہ کون سا ہے، ٹھیک ہے نا جی، فاعل کون ہے، مفعول کون ہے، مفعول بھی کون ہے، پھر وہ ساری چیزوں کو سامنے رکھ کے تو پھر اس کا ترجمہ کیا جاتا ہے. لیکن یہ لوگ لفظی ترجمے کے اوپر جو ہے نا، یہ کبھی کبھی لفظی ترجمے کے اوپر قادیانی اور یہ جو مرزائی جیلمی مرزائی ہیں نا، یہ لفظی ترجمے کے اوپر بھی جو ہے نا وہ اکتفا کر لیتے ہیں، حالانکہ لفظی ترجمہ بھی جو ہوتا ہے نا وہ اس کا جو مطالب ہے نا اس ایک آیت کا یا اس حدیث کا، اس تک انسان نہیں پہنچ سکتا جب تک کہ انسان کو یہ ترجمہ کرنے کے خود جو ہے یہ اصول نہ آتے ہوں، تب تک انسان اس کا درست ترجمہ بھی نہیں سمجھ سکتا. صحیح ہے، وہ ہے نا مفعول بھی ہوتا ہے، پھر مفعول بھی ہوتا ہے، مفعول لہو ہوتا ہے، مفعول معہ ہوتا ہے، جی ہاں، کافی مفعول کی بھی اتنی قسمیں ہیں نا. تو پھر اب آپ دیکھیں نا کہ ایک اکیلا لفظ ہے نا اپنا فیضان بھائی، اس کا ترجمہ کچھ اور ہوگا، لیکن جب وہ مضاف مضاف علیہ کے ساتھ ملا کے اب جب اس کا ترجمہ کریں گے تو اس کا ترجمہ بدل جائے گا، ٹھیک ہے نا جی. تو یہ بھی ایک اصول ہوتا ہے، یہ لفظی ترجمہ کر کے یہ قادیانی بھی دھوکہ دینے کی کوشش کرتے ہیں نا، یہ چیز ہے کہ دیکھیں جی اس لفظ کا یہ تو مطلب ڈکشنری کے اندر یہ لکھا ہوا ہے، اولو کے پٹھے مضاف مضاف علیہ کا جو اصول ہے وہ کدھر گیا؟ لفظی ترجمے کے ساتھ تو وہ ترجمہ اس کا الگ الگ کریں گے تو وہ علیحدہ بنے گا، لیکن جب مضاف مضاف علیہ ملا کے آپ اس کا ترجمہ کریں گے تو پھر اس کا ترجمہ ہوگا. جی میں عرض کر رہا ہوں خالی ترجمہ بھی جو ہے نا وہ بھی بعض اوقات گمراہی کا سبب ہوتا ہے. ہاں ہاں بالکل بالکل بالکل، الرحمن علی العرش استوى، اللہ جو ہے اللہ کا استوار عرش پر ہے، اب اللہ کو اس کے جو ذات انور کے ساتھ عرش پر مان لیا جائے یہ بھی کفر ہے، کیونکہ عرش رب کا پیدا کرتا ہے اور مکان ہے، اور جب مکان کے اندر اللہ کو مان لیا یہ بھی کفر ہو گیا. تو اسی وجہ سے کہا جاتا ہے کہ جب قرآن اور سنت پڑھنی ہے نا آپ نے تو کسی مستند عالم کے زیر سایہ رہ کر پڑھیں، تاکہ آپ کے جو ذہن میں جو اشکالات آ جائیں وہ ساتھ میں حل ہو جائیں. جی دیکھیں جی علماء کے بغیر اور مستند علماء کے بغیر جو ہے نا وہ انسان جو اصل چیز کا کوئی مطلب ہے نا عبارت کا اس تک انسان نہیں پہنچ سکتا. یہ آج کہتے ہیں نا گوگل سے آپ ٹرانسلیشن کر کے
آپ یہ مجھے ایک آیت کا ترجمہ درست کر کے دکھا دیں اس سے, کیا نام ہے, گوگل سے. ایک آیت کا ترجمہ یہ درست نہیں کر سکتے, کیونکہ دیکھیں عربی کے اندر بعض اوقات یہ ہوتا ہے کہ ایک لفظ بھی جو ہے نا وہ پوری عبارت کا معنی جو ہے نا وہ بیان کر رہا ہوتا ہے, بالکل ایک لفظ صرف, یعنی کہ یہ نہیں کہ پوری عبارت, صرف ایک جو لفظ ہے نا وہ پوری عبارت کا معنی بیان کر رہا ہوتا ہے. تو وہ ترجمہ گوگل کیسے کرے گا اس کا؟ گوگل مار کے بھی آ جائے تو گوگل اس کا ترجمہ کبھی نہیں کر سکتا. آصف بھائی, گوگل جو ہے وہ احادیث کا صحیح ترجمہ نہیں کر سکتا, قرآن تو پھر ورا الورا ہے. جی ہاں جی ہاں جی ہاں جی ہاں. تو یہ ہے کہ یہ اللہ کی شان ہے, یہ جو زبان ہے نا عربی, یہ زبان عربی کے ساتھ یہ کبھی بھی جو مرضی کر لینا, یہ کھلواڑ اس طرح کا یہ نہیں کر سکتے. بالکل ایسے ہی ہے. ہاں جی, اگر یہ اس طرح ہوتا نا تو اب تک یہ دین کا انہوں نے وہ مذاق انہوں نے بنایا ہونا تھا نا, جو کہ کچھ لوگوں نے بنایا بھی ہوا ہے. اب وہ دیکھ لے وہ بنی اسرائیل والے جو ہیں, وہ دیکھ لے وہ قرآن کی جو آیتوں کے ترجمے وہ کرتے ہیں, بندہ سن کے تو بندے کا خون کھول جاتا ہے بندے کا. وہ بھی تو یہی کہتے ہیں نا کہ قرآن خود پڑھو, وہ بھی تو یہی کہتے ہیں. مرزا انجینئر والی بات وہ بھی کرتے ہیں کہ دیکھیں جی آپ کے علماء دھوکہ دیتے ہیں. بالکل ایسا ہی ہے جی. میں نا اصل میں اس وقت راستے میں آیا تھا اور آپ کو میری آواز سے شور بھی پتا چل رہا ہوگا, تو میں نے آپ سے نا وہ گوگل واٹس ایپ میسج بھی کیا تھا. ریا علی مدد بھائی جان, کیا حال ہے؟ جی بھائی فرمائیں. جی بھائی فرمائیں. کیا حال ہے تھوڑا؟ جی جی ٹھیک خیریت, آپ سنیں. جی جی ٹھیک خیریت, آپ سنیں. اللہ کا کرم ہے بھائی. کی بحث لائی نے السلام علیکم یا علی مدد. میں السلام علیکم نے کیا ہی نہیں, السلام علیکم نے کیا ہی نہیں. میں نا 6 مہینے نا جب میں یعنی کہ اپنا کام کرنے سے پہلے نا اج 5-6 سال پہلے 6 مہینے نا شیعہ دے کول میں نوکری کیتی ہے, تے او انجی کہندے سن سلام لے کے یا علی مدد. انے آندے نال جدوں اے گل کیتی ہے نا مینوں سمجھ لگ گئی سی میں تائی تے کیا. یار نہ کوئی مرزائی آ رہا ہے تے نہ کوئی اس ٹائم رافضی آ رہا ہے, ایتھے جڑا وی آ رہا ہے گالی باز برگیڈ آ رہی ہے. او ہلے ایک تھوڑی دیر پہلے ایک بندہ آیا ہی آیا سی, اونوں وی کم آ گیا بیچارہ, جم چلا گیا. فیصل گجر, وعلیکم السلام. الحمدللہ جی, اللہ پاک کرم. آصف بھائی کسے چلے گئے ہو؟ او یار وچ اصل چ پتہ ہی گل ہے کام تے ہونے نا, او وچ پھر کسے ٹائم نا کال آ جاندی. اچھا 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 صحیح ہو گیا. جی جی اچھا دیکھو نا جی اپنا فیضان بھائی مرزا انجینئر نے دیکھو کہ کس طرح دا مائنڈ جڑا نا بلڈ کیتا ہوئے اپنے جڑے جڑے اودے منن والے نے سنن والے نے کہ اودے تے پکے ہو گئے. وہ جڑی گل انہاں نوں کہندا ہے نا یہ پکے ہو جاندے نے تے کہ یار اے گل جڑی انہاں نے مرزا انجینئر نے کیتی ہے نا اہی قرآن ہی اہی حدیث ہے. انہاں نوں دسو کہ کیا انہاں نے نبوت دے منصب تے انہوں فائز نہیں کر دیتا؟
ਯਾਨੀ ਬਗੈਰ ਤਹਿਕੀਕ ਤੋਂ ਕਿਸੇ ਗੱਲ ਨੂੰ, ਕਿਸੇ ਦੀ ਗੱਲ ਨੂੰ ਮੰਨ ਲੈਣਾ, ਉਹੀ ਤਾਂ ਸਾਨੂੰ ਕਹਿੰਦੇ ਨੇ ਜੀ ਤੁਸੀਂ ਤਕਲੀਦ ਕਰਦੇ ਹੋ ਤੇ ਤਕਲੀਦ ਤੇ ਹਰਾਮ ਹੈ, ਤੇ ਤੁਸੀਂ ਕੀ ਕਰਦੇ ਪਿਓ ਬਈ? ਮਿਰਜ਼ਾ ਇੰਜੀਨੀਅਰ ਤੇ ਮੰਨਣ ਵਾਲੇ, ਤੁਸੀਂ ਕੀ ਕਰਦੇ ਪਿਓ? ਹੁਣ ਤੁਸੀਂ ਦੇਖੋ ਨਾ ਜੀ ਆਪਣਾ ਫਿਜ਼ਾਨ ਬਈ, ਮੈਂ ਜਿਹੜੀ ਅੱਜ ਇੱਕ ਰਵਾਇਤ, ਸਿਰਫ ਇੱਕ ਰਵਾਇਤ ਤੇ ਗੱਲ ਹੋਈ ਹੈ ਕਿ ਜੀ ਉਹਨਾਂ ਤੁਹਾਡੇ ਉਲਮਾ ਨੇ ਝੂਠ ਬੋਲਿਆ ਕਿ ਬਹਿ ਕੇ ਪਾਣੀ ਪੀਣਾ ਜਿਹੜਾ ਵੀ ਉਹ ਸੁਨਤ ਹੈ। ਇਹ ਤਾਂ ਦੇਖੋ ਜੀ ਮੌਲਾ ਅਲੀ ਦੀ ਰਵਾਇਤ ਮੌਜੂਦ ਹੈ ਕਿ ਮੌਲਾ ਅਲੀ ਨੇ ਜਿਹੜਾ ਵੀ ਨਾ ਖੜੇ ਹੋ ਕੇ ਪਾਣੀ ਪੀਤਾ ਉਹਨਾਂ ਨੇ, ਠੀਕ ਹੈ ਜੀ? ਤੁਸੀਂ ਝੂਠ ਬੋਲਿਆ ਸਾਡੇ ਨਾਲ। ਉਹ ਬੰਦੇ ਉਹ ਖੁਦਾ ਦਿਓ, ਅਸੀਂ ਜੋ ਰਵਾਇਤਾਂ ਦੇ ਅੰਦਰ, ਜੋ ਹਦੀਸਾਂ ਦੇ ਅੰਦਰ ਨਬੀ ਅਲੈਹਿ ਸਲਾਮ ਦਾ ਮਤਵਾਤਰ ਜਿਹੜਾ ਅਮਲ ਹੈ, ਉਹ ਜਿਹੜਾ ਜਿਹੜਾ ਨੋਟ ਹੋਇਆ ਵੇ, ਦਰਜ ਹੋਇਆ ਵੇ, ਰਿਪੋਰਟ ਹੋਇਆ ਵੇ, ਅਸੀਂ ਉਹ ਤੁਹਾਡੇ ਸਾਹਮਣੇ ਬਿਆਨ ਕੀਤਾ, ਸਾਡੇ ਉਲਮਾ ਨੇ ਉਹ ਬਿਆਨ ਕੀਤਾ, ਜਾਂ ਤੇ ਸਾਡੇ ਉਲਮਾ ਨੇ ਆਪਣੇ ਕੋਲੋਂ ਕੋਈ ਗੱਲ ਕੀਤੀ ਹੈ ਨਾ, ਤੇ ਫਿਰ ਤੁਸੀਂ ਗੱਲ ਕਰੋ। ਉਹੀ ਤੇ ਤੁਸੀਂ ਬੁਖਾਰੀ ਮੁਸਲਿਮ, ਬੁਖਾਰੀ ਮੁਸਲਿਮ ਦਾ ਕਰਦੇ ਆ, ਤੁਹਾਡਾ ਮੂੰਹ ਨਹੀਂ ਥੱਕਦਾ ਤੁਹਾਡਾ, ਤੇ ਜਦੋਂ ਤੁਹਾਡੇ ਸਾਹਮਣੇ ਮੈਂ ਮੁਸਲਿਮ ਦੀ ਰਵਾਇਤ ਪੇਸ਼ ਕੀਤੀ ਤੇ ਨਾਲ ਹੀ ਤੁਸੀਂ ਕਿਹਾ ਤੇ ਕਿਤਾਬ 'ਚ ਆਇਆ ਵੇ, ਨਾਲ ਹੀ ਪਤਾ ਕਹਿੰਦਾ, ਕਹਿੰਦਾ ਉਹ ਤੇ ਕਿਤਾਬ 'ਚ ਆਇਆ ਵੇ, ਫਿਰ ਉਹ ਕਿਤਾਬ ਬਣ ਗਈ ਏ, ਫਿਰ ਉਹ ਹੁਜਤ ਨਹੀਂ ਰਹੀ, ਫਿਰ ਹੁਜਤ ਮਿਰਜ਼ਾ ਜੂਨੀਅਰ ਜੇਲਵੀ ਦਾ ਜਿਹੜਾ ਜੀ ਪਾਣੀ ਪੀਣ ਦੀਆਂ ਖੜੇ ਹੋ ਕੇ ਪੀਣ ਦੀਆਂ ਵੀ ਮੌਜੂਦ ਨੇ ਤੇ ਬਹਿ ਕੇ ਪੀਣ ਦੀਆਂ ਮੌਜੂਦ ਨੇ, ਲੇਕਿਨ ਇਹਨਾਂ ਵਿੱਚ ਤਤਬੀਕ ਦਿੱਤੀ ਗਈ ਹੈ ਕਿ ਜ਼ਿਆਦਾ ਅਮਲ ਕਿਹਦੇ ਤੇ ਹੈਗਾ ਸੀ? ਹਾਂ ਬਿਲਕੁਲ ਬਿਲਕੁਲ ਨਹੀਂ, ਦੇਖੋ ਨਾ ਜੀ ਹਜ਼ਰਤ ਅਨਸ ਬਿਨ ਮਾਲਿਕ ਤੇ ਹਜ਼ਰਤ ਅਬੂ ਹੁਰੇਰਾ ਤੇ ਹਜ਼ਰਤ ਅਬੂ ਕਤਾਦਾ ਜਿਹੜੇ ਨੇ, ਹਜ਼ਰਤ ਕਤਾਦਾ ਜਿਹੜੇ ਨੇ, ਉਹਨਾਂ ਦਾ ਜਿਹੜਾ ਵੀ ਨਾ ਰਵਾਇਤ ਮੌਜੂਦ ਹੈ, ਕਹਿੰਦੇ ਨੇ ਕਿ ਨਬੀ ਅਲੈਹਿ ਸਲਾਮ ਨੇ ਸਖਤੀ ਨਾਲ ਮਨਾ ਫਰਮਾਇਆ। ਇੱਕ ਜਗ੍ਹਾ ਤੇ ਨਬੀ ਅਲੈਹਿ ਸਲਾਮ ਨੇ ਫਰਮਾਇਆ ਵੀ ਕਿ ਜਿਹੜਾ ਬੰਦਾ ਪਾਣੀ ਪੀ ਲਵੇ ਗਲਤੀ ਦੇ ਨਾਲ ਖੜੇ ਹੋ ਕੇ, ਉਹਨੂੰ ਚਾਹੀਦਾ ਕਿ ਉਲਟੀ ਕਰ ਦੇਵੇ, ਕਹਿ ਕਰ ਦੇਵੇ, ਇੰਨੀ ਸਖਤੀ ਦੇ ਨਾਲ ਨਬੀ ਅਲੈਹਿ ਸਲਾਮ ਨੇ ਮਨਾ ਫਰਮਾਇਆ ਵੇ। ਤੇ ਫਿਰ ਨਬੀ ਅਲੈਹਿ ਸਲਾਮ ਜਦੋਂ ਇਹਦੀ ਸਖਤੀ ਨਾਲ ਮਨਾ ਕਰ ਦੇਣ ਕਿਸੇ ਕੰਮ ਤੋਂ, ਤੇ ਨਬੀ ਅਲੈਹਿ ਸਲਾਮ ਖੁਦ ਉਹ ਕੰਮ ਕਿਸ ਤਰ੍ਹਾਂ ਕਰ ਸਕਦੇ ਨੇ? ਉਹਨੂੰ ਤੁਸੀਂ ਸੁਨਤ ਕਿੰਝ ਕਹਿ ਸਕਦੇ ਹੋ? ਲੌਜਿਕ ਦੀ ਗੱਲ ਹੈ ਨਾ। ਸੁਨਤ ਦੀ ਬੜੀ ਅਜੀਬੋ ਗਰੀਬ ਤਾਰੀਫ ਉਹਨੇ ਬਿਆਨ ਕੀਤੀ ਕਿ ਨਬੀ ਪਾਕ ਨੇ ਇੱਕ ਦਫਾ ਵੀ ਜਿਹੜਾ ਅਮਲ ਕੀਤਾ ਉਹ ਸੁਨਤ ਬਣ ਗਿਆ। ਹੁਣ ਦੱਸੋ ਇਹ ਤਾਰੀਫ ਸੁਨਤ ਦੀ ਅੱਜ ਤੱਕ ਨਾ ਕਦੀ 1400 ਸਾਲ ਚ ਕਿਸੇ ਨੇ ਬਿਆਨ ਕੀਤੀ? ਜਾਂ ਤੇ ਬਈ ਕਹਿਣ ਕਿ ਬਈ, ਜਾਂ ਤੇ ਇਹ ਕਹਿਣ ਕਿ ਮਿਰਜ਼ਾ ਜੂਨੀਅਰ ਜੇਲਮੀ ਦੇ ਉੱਤੇ ਨਵੀਂ ਸ਼ਰੀਅਤ ਨਾਜ਼ਲ ਹੋਈ, ਨਵੇਂ ਅਹਿਕਾਮਾਤ ਨਾਜ਼ਲ ਹੋਏ ਨੇ ਨਵੇਂ ਸਿਰੇ ਤੋਂ, ਤੇ ਫਿਰ ਠੀਕ ਹੈ, ਫਿਰ ਅਸੀਂ ਇਹਨਾਂ ਦੀ ਗੱਲ ਮੰਨ ਲੈਂਦੇ ਹਾਂ। ਜਾਂ ਤੇ ਕਹਿ ਦੇਣ, ਐਲਾਨੀਆ ਕਹਿ ਦੇਣ ਕਿ ਬਈ ਮਿਰਜ਼ਾ ਜੂਨੀਅਰ ਜੇਲਮੀ ਨੂੰ ਜਿਹੜੀ ਸ਼ਰੀਅਤ ਦਾ ਪਤਾ ਚੱਲਿਆ ਨਾ ਅੱਲਾ ਦੀ ਤਰਫੋਂ, ਉਹ ਸ਼ਰੀਅਤ ਦਾ ਪਤਾ ਸਾਨੂੰ ਉਹ 1400 ਸਾਲ ਚ ਨਹੀਂ ਲੱਗਾ, ਉਹ ਇਹਨੇ ਸਾਨੂੰ ਉਹ ਸ਼ਰੀਅਤ ਜਿਹੜੀ ਹੈ ਨਾ ਉਹ ਨਵੇਂ ਸਿਰੇ ਤੋਂ ਸਾਨੂੰ ਦੱਸੀ, ਫਿਰ ਅਸੀਂ ਮੰਨ ਲੈਂਦੇ ਉਹਨਾਂ ਦੀ ਗੱਲ, ਕੋਈ ਗੱਲ ਨੀ। ਕੀ ਖਿਆਲ ਹੈ ਫਿਜ਼ਾਨ ਬਈ? ਜੀ ਜੀ ਬਿਲਕੁਲ ਐਸਾ ਹੀ ਹੈ, ਸਾਨੂੰ ਡਿਕਲੇਅਰ ਤਾਂ ਕਰਨ ਨਾ ਕਿ ਭਾਜੀ ਹਾਂਜੀ ਇਹ ਚਾਹ ਸਾ, ਤੇ ਅਸੀਂ ਫਿਰ ਇਹਨਾਂ ਨੂੰ ਉਸ ਸਭ ਨਾਲ ਡੀਲ ਕਰਿਆ ਕਰੀਏ। ਜੀ ਆ ਵੈਸੇ ਹਲੇ ਤਾਂ ਨੋਨ ਜੀ ਕਰਨੇ ਪਿਆ ਜਿਵੇਂ ਆ ਮੰਨਦੇ ਹੈਗੇ ਨੇ ਉਹਨੂੰ। ਇਹ ਮਿਰਜ਼ਾ, ਹੁਣ ਤੁਸੀਂ ਦੇਖੋ ਨਾ, ਮਿਰਜ਼ਾ ਜੂਨੀਅਰ ਜੇਲਮੀ ਨੂੰ ਸਵਾਲ ਹੋਇਆ ਕਿ ਕਿਆ ਗੈਰ ਮੁਸਲਮ ਜਿਹੜੇ ਨੇ ਉਹਨਾਂ ਦਾ ਜ਼ਬੀਹਾ ਜਿਹੜਾ ਵੇ ਕਿਆ ਉਹ ਜਾਇਜ਼, ਤੇ ਉਹਦੇ 'ਚ ਉਹਨੇ ਮਿਰਜ਼ਾ ਜੂਨੀਅਰ ਜੇਲਮੀ ਨੇ ਕਿਹਾ ਜੀ ਤੁਸੀਂ ਕਾਦੀਆਨੀਆਂ ਨੂੰ ਸਿੰਗਲ ਆਊਟ ਕਿਉਂ ਕਰਦੇ ਪਿਓ? ਕਾਦੀਆਨੀਆਂ ਤਾਂ ਉਹਨੇ ਨਾਂ ਲਿਆ, ਹਾਲਾਂਕਿ ਕਾਦੀਆਨੀਆਂ ਦਾ ਸਵਾਲ ਉਹਦੇ ਕੋਲੋਂ ਨਹੀਂ ਹੋਇਆ। ਕਹਿੰਦਾ ਕਾਦੀਆਨੀਆਂ ਤੁਸੀਂ ਸਿੰਗਲ ਆਊਟ ਕਿਉਂ ਕਰਦੇ ਪਿਓ? ਕਹਿੰਦਾ ਕਿਸੇ ਵੀ ਗੈਰ ਮੁਸਲਿਮ ਦਾ ਜ਼ਬੀਹਾ ਜਾਇਜ਼ ਨਹੀਂ ਅਗਰ ਉਹ ਅੱਲਾ ਦੇ ਨਾਂ ਤੇ ਉਹਨੇ ਕੀਤਾ ਤਾਂ, ਕਿਸੇ ਵੀ, ਯਾਨੀ ਕਿ ਉਹਨੇ ਕਾਦੀਆਨੀਆਂ ਨੂੰ ਕਿਸੇ ਵੀ ਦੇ ਅੰਦਰ ਸ਼ਾਮਿਲ ਕੀਤਾ ਉਹਨੇ। ਹਲਾਲ ਮੁਸ਼ਰਕ ਦੇ ਜ਼ਬੀਹੇ ਨੂੰ, ਹਿੰਦੂਆਂ ਦੇ ਜ਼ਬੀਹੇ ਨੂੰ ਕਹਿੰਦਾ ਪਿਆ ਹਲਾਲ, ਹਲਾਇ ਫਤਵਾ ਤੁਹਾਨੂੰ 1400 ਸਾਲ ਦੇ ਵਿੱਚ ਤੁਹਾਨੂੰ ਇਹ ਫਤਵਾ ਕਿਧਰੋਂ ਨਹੀਂ ਮਿਲੇਗਾ, ਕਿਧਰੋਂ ਨਹੀਂ ਇਹ ਸਾਬਤ ਕਰ ਸਕਦਾ। ਉਂਝ ਸਾਨੂੰ ਤੇ ਕਹਿੰਦੇ ਨੇ ਕੁਰਾਨ ਹਦੀਸ ਲਿਆਓ, ਕੁਰਾਨ ਹਦੀਸ ਕਰੋ ਸਾਡੇ ਸਾਹਮਣੇ ਪੇਸ਼, ਕਿੱਥੇ ਅੱਲਾਹ ਤਾਲਾ ਦੀ ਜ਼ਾਤ ਨੇ ਕਿਹਾ ਕਿ ਜਿਹੜਾ ਗੈਰ ਮੁਸਲਿਮ ਉਹਦਾ ਜ਼ਬੀਹਾ ਜਿਹੜਾ ਵੀ ਜਾਇਜ਼ ਹੈ, ਮੁਸ਼ਰਕ ਦਾ ਜ਼ਬੀਹਾ ਜਾਇਜ਼ ਹੈ? ਗੈਰ ਮੁਸਲਿਮ ਤੋਂ ਮੁਰਾਦ ਹੈ ਮੁਰਤੱਦ ਜਾਂ ਮੁਸ਼ਰਕ? ਦੱਸੋ ਮੁਸ਼ਰਕ ਦਾ ਕਿੱਥੇ ਅੱਲਾਹ ਨੇ ਕਿਹਾ ਕਿ ਮੁਸ਼ਰਕ ਦਾ ਜ਼ਬੀਹਾ ਜਾਇਜ਼ ਹੈ, ਜਾਂ ਕਿੱਥੇ ਅੱਲਾਹ ਨੇ ਕਿਹਾ ਕਿ ਜਿਹੜਾ ਮੁਰਤੱਦ ਹੋ ਜੇ ਦੀਨ ਤੋਂ ਫਿਰ ਜਾਵੇ ਉਹਦਾ ਜ਼ਬੀਹਾ ਜਾਇਜ਼ ਹੈ? ਦੱਸੋ, ਲਿਆਓ ਸਾਡੇ ਸਾਹਮਣੇ। ਫਿਦਾਨ ਭਾਈ ਮੌਜੂਦ ਹੋ ਤੁਸੀਂ? ਜੀ ਜੀ ਮੌਜੂਦ ਹਾਂ, ਮੌਜੂਦ ਹਾਂ ਮੈਂ ਜੀ। ਇਹੀ ਗੱਲ ਹੈ ਨਾ, ਸਾਨੂੰ ਦੱਸੋ ਤਾਂ ਸਹੀ ਕਿੱਥੋਂ ਪੜਿਆ ਜੇ ਕੋਈ, ਸਾਨੂੰ ਕੋਈ ਮਾਹਰ ਦੱਸੋ ਚੀਜ਼ ਜੀ। ਹੁਣ ਅੱਜ ਉਹਨੂੰ, ਉਹ ਅੱਜ ਇੱਕ ਆਇਆ ਨਾ ਛੋਕਰਾ ਬੜਾ ਇੰਗਲਿਸ਼ ਜਿਹੜਾ ਨਾ ਉਹ ਮੰਮੀ ਡੈਡੀ, ਉਹਨੂੰ ਮੈਂ ਪੁੱਛਿਆ ਨਾ ਕਿ ਮੈਂ ਕਿਹਾ ਯਾਰ ਜਿਹੜੇ ਮੁਸਲਮਾਨਾਂ ਦੇ ਜਿਹੜੇ ਅਦਿੱਲਾ ਸ਼ਰੀਆ ਨੇ ਨਾ ਉਹ ਦੱਸ ਕੀ ਨੇ,
ਉਹਨੇ ਅਦਿਲਾ ਸ਼ਰੀਆ ਤਕਰੀਬਨ ਮੈਂ ਕੋਈ ਦਰਜਨ ਦੇ ਕਰੀਬ ਉਹਨੇ ਦੱਸੇ ਨੇ, ਦਰਜਨ ਤੋਂ ਜ਼ਿਆਦਾ ਦੱਸੇ ਨਾ, ਸਾਰਾ ਨਾਲ ਸਿਸਟਰ ਥੱਲੇ ਗਿਣ ਰਹੀਆਂ ਸਨ। ਆਹੋ ਮੈਂ ਸੁਣਨਾ ਪਿਆ ਸਾ ਕੁਝ ਹਲਕੇ ਫੇਰ ਸਾਹਮਣੇ ਦੱਸੇ ਨੇ। ਉਹ ਨਹੀਂ ਨਹੀਂ ਤਾਰੀਖ ਵੀ ਅਦੇ ਤੇ ਉਹ ਸ਼ਰਮ ਯਾ ਕਰ ਗਿਆ ਤੇ ਉਹਨੇ ਅਦੇ ਅਦੇ ਦਰਜਨ ਦੱਸੇ ਨੇ, ਵਰਨਾ ਗੱਲ ਹੈ ਤੂੰ ਵੱਧ ਰਹੀ ਸੀ ਅੱਗੇ ਜਾ ਜਾ ਰਹੀ ਸੀ। ਸਹੀ ਹੋ ਗਿਆ। ਉਹ ਹੈ ਮੈਨੂੰ ਇੱਕ ਲਤੀਫਾ ਯਾਦ ਆ ਗਿਆ ਕਿ ਇੱਕ ਨਬੀਨਾ ਇਨਸਾਨ ਸੀ ਨਾ, ਤੇ ਉਹ ਕਿਸੇ ਇਲਾਕੇ ਦੇ ਵਿੱਚ ਦਰਖਤ ਦੇ ਥੱਲੇ ਬਹਿੰਦਾ ਸੀ, ਤੇ ਉਹਨੂੰ ਨਾ ਲੋਕ ਪੁੱਛਦੇ ਸਨ ਕਿ ਬਾਬਾ ਜੀ ਅੱਜ ਕੀ ਤਰੀਕ ਹੈ, ਤੇ ਉਹ ਨਾ ਗਿਟਕਾ ਰੱਖੀ ਦੀਆਂ ਉਹਨੇ ਖਜੂਰਾਂ ਦੀਆਂ, ਤੇ ਗਿਣ ਕੇ ਦੱਸਦਾ ਸੀ ਕਿ ਅੱਜ ਇਹ ਤਰੀਕ ਹੈ। ਇੱਕ ਦਿਨ ਕੋਈ ਮਿਰਜ਼ਾ ਇੰਜੀਨੀਅਰ ਸ਼ੈਤਾਨ ਬੱਚਾ ਸੀ, ਉਹਨੇ ਕੀ ਕੀਤਾ, ਬਾਬੇ ਦੀਆਂ ਨਾ ਖਜੂਰਾਂ ਦੀਆਂ ਗਿਟਕਾਂ ਜਿਹੜੀਆਂ ਨੇ ਨਾ ਉਹਨੇ ਜਨਾ ਮਿਕਸ ਕਰ ਦਿੱਤੀਆਂ। ਉਹ ਇੱਕ ਬੰਦਾ ਲੰਘਿਆ ਕੋਲੋਂ, ਉਹਨੇ ਕਿਹਾ ਬਾਬਾ ਜੀ ਅੱਜ ਕੀ ਤਰੀਕ ਹੈ, ਉਹ ਜਨਾਬ ਜੂ ਗਿਟਕਾਂ ਕਿੰਨੀਆਂ ਸ਼ੁਰੂ ਹੋਇਆ, ਕਹਿੰਦਾ ਜੀ ਅੱਜ 100 ਤਰੀਕ। ਉਹ ਕਹਿੰਦਾ ਬਾਬਾ ਜੀ ਕੋਈ ਖੁਦਾ ਦਾ ਖੌਫ ਕਰੋ, 100 ਤਰੀਕ। ਕਹਿੰਦਾ ਪੁੱਤਰ ਹਜੇ ਖੁਦਾ ਦਾ ਖੌਫ ਕੀਤਾ ਤੇ 100 ਦੱਸੀ, ਬੰਦਾ ਕੰਮ ਤੇ ਅੱਧੂ ਵੀ ਅੱਗੇ ਜਾਣ ਡਿਆ। ਬਿਲਕੁਲ ਜੀ, ਇਹ ਚੱਕਰ ਟਵਿੱਟਰ ਦੀ ਗਲਮੀ ਦਾ ਜੀ ਹੈ ਯਾਰ। ਸਾਰੇ ਨਾ ਡਬਲ ਟੈਪ ਕਰੇ ਔਰ ਬਰੋਡ ਸ਼ੇਅਰ ਕਰੇ, ਕੋਈ ਕਰਦਾ ਮਿਰਜ਼ਾ ਪਰੰਬਰ ਦਾ ਮੰਨਣ ਵਾਲਾ ਕੋਈ ਰਾਫਜ਼ੀ ਸ਼ੈਤਾਨ ਲੈ ਕੇ ਤੇ ਆਓ ਇੱਥੇ। ਅਸਲ ਜੋ ਸਾਡੇ ਨਾਲ ਨਾ ਫੈਜ਼ ਭਾਈ, ਉਹ ਅਸਲ ਜਿਹਾ ਅੱਜ ਫੜ ਲੈਂਦੇ ਨੇ ਡੰਡਾ, ਉਹ ਮਰਦਈ ਆਏ ਸਨ ਲੇਕਿਨ ਉਹ ਫੈਜ਼ ਭਾਈ ਨੇ ਅੱਜ ਫੜ ਲਿਆ ਡੰਡਾ। ਉਹ ਇੱਕ ਦੋ ਮਰਦਈ ਜਿਹੜੇ ਨੇ ਨਾ ਉਹ ਇੰਜ ਵਿਚਾਰੇ ਚੱਸ ਗਏ ਨੇ, ਜਿਹੜਾ ਨਾ ਦੌੜ ਭੱਜ ਗਏ ਨੇ। ਸਹੀ ਹੋ ਗਿਆ, ਸੁਫੀ ਸਾਹਿਬ ਥੱਲੇ ਬੈਠੇ ਨੇ, ਇਹਨਾਂ ਨੇ ਇਨਵਾਈਟ ਕੀਤਾ ਪਹਿਲੇ ਵੀ ਕਿਸੇ ਨੇ ਲੇਕਿਨ ਆ ਨਹੀਂ ਰਹੇ। ਮੇਰੇ ਖਿਆਲ ਨਾਲ ਬਿਜ਼ੀ ਹੋਣੇ ਨੇ, ਬਿਜ਼ੀ ਹੋਣੇ ਨੇ ਸੁਫੀ ਸਾਹਿਬ ਆਪਣੇ ਜਿਹੜੇ ਨੇ। ਹਾਂਜੀ ਹਾਂਜੀ। ਅੱਛਾ ਅੱਜ ਨਾ ਬਈ ਮੈਂ ਅਗਰ ਕੋਈ ਦੋਸਤ ਸੁਣ ਰਿਹਾ ਨਾ ਤੇ ਮੈਂ ਉਹਨਾਂ ਨੂੰ ਦੱਸ ਦਿਆਂ, ਅਗਰ ਮੇਰੀ ਗੱਲ ਸੁਣ ਰਹੇ ਨੇ, ਬਈ ਜਿਹੜਾ ਬੰਦਾ ਨਸਬੀ ਹੈ ਨਾ ਉਹ ਬੰਦਾ ਸਾਡੀ ਬਰਾੜ ਤੋਂ ਦੂਰ ਰਹੇ। ਅਗਰ ਮੈਨੂੰ ਪਤਾ ਲੱਗ ਗਿਆ ਕਿ ਬਈ ਕੋਈ ਬੰਦਾ ਨਸਬੀ ਹੈ ਤੇ ਸਾਡੀ ਬਰਾੜ ਤੇ ਆਉਂਦਾ ਤੇ ਮੈਂ ਮਾਜ਼ਰਤ ਦੇ ਨਾਲ ਮੈਂ ਉਹਨੂੰ ਬਲਾਕ ਕਰ ਦਿਆਂਗਾ ਉਹਨੂੰ ਮੈਂ, ਤੇ ਅਗਰ ਆ ਕੇ ਬਹਿਣਾ ਥੱਲੇ ਚੁੱਪ ਕਰਕੇ ਬੈਠੋ, ਲੇਕਿਨ ਉੱਤੇ ਕਾਲ ਨਹੀਂ ਪਾਣੀ ਹੈ। ਸਾਡੀ ਬਰਾੜ ਦੇ ਉੱਤੇ ਬਿਲਕੁਲ ਕਿਸੇ ਨਾਸਬੀ ਵਾਸਤੇ ਕੋਈ ਜਗ੍ਹਾ ਨਹੀਂ ਹੈ ਸਾਡੀ ਬਰਾੜ ਦੇ ਉੱਤੇ, ਠੀਕ ਹੈ ਜੀ, ਤੇ ਨਾ ਕਿਸੇ ਰਾਫਜ਼ੀ ਵਾਸਤੇ ਸਾਡੀ ਬਰਾੜ ਤੇ ਕੋਈ ਜਗ੍ਹਾ, ਠੀਕ ਹੈ ਨਾ ਜੀ। ਅੱਜ ਬੜੇ ਲੋਕ ਆਏ ਨੇ, ਉਹਨਾਂ ਨੇ ਥੱਲੇ ਆ ਕੇ ਕਾਲਾਂ ਪਾਈਆਂ ਨੇ, ਮੈਂ ਉਹਨਾਂ ਨੂੰ ਕਾਲ ਤੇ ਨਹੀਂ ਚੁੱਕਿਆ, ਮੈਂ ਜਾਣ ਕੇ ਨਹੀਂ ਚੁੱਕਿਆ, ਕਿਉਂਕਿ ਮੇਰੇ ਤੱਕ ਤੁਹਾਡੇ ਚੰਦ ਬਿਆਨਾਤ ਪਹੁੰਚੇ ਨੇ ਜਿਹੜੇ ਕਿ ਸਾਡੇ ਅਹਿਲੇ ਸੁਨਤ ਦੇ ਇਜਮਾਈ ਅਕੀਦੇ ਦੇ ਖਿਲਾਫ ਹੈਗੇ ਨੇ। ਲਿਆਦਾ ਇਸ ਵਾਸਤੇ ਨਾਸਬੀ ਕੋਈ ਜਿਹੜਾ ਨਾ ਉਹ ਸਾਡੀ ਬਰਾੜ 'ਚ ਨਾ ਆਇਆ ਮਾਜ਼ਰਤ ਦੇ ਨਾਲ, ਨਾ ਕੋਈ ਰਾਫਜ਼ੀ ਆਏ। ਰਾਫਜ਼ੀ ਤੋਂ ਮੁਰਾਦ ਡਿਬੇਟ ਕਰਨ ਵਾਸਤੇ ਆਓ, ਲੇਕਿਨ ਸਾਡਾ ਸਾਥੀ ਬਣ ਕੇ ਨਹੀਂ ਆਉਣਾ। ਅਗਰ ਕੋਈ ਬੰਦਾ ਰਾਫਜ਼ੀ ਹੈ ਜਾਂ ਕੋਈ ਬੰਦਾ ਜਿਹੜਾ ਵੇ ਤਫਜ਼ੀਲੀ ਹੈ, ਉਹ ਬਿਲਕੁਲ ਸਾਡਾ ਕੋਈ ਸਾਥੀ ਨਹੀਂ। ਫੈਜ਼ਾਨ ਭਾਈ ਆਪਕਾ ਕਿਆ ਹਾਲ ਹੈ? ਮਾਸ਼ਾ ਅੱਲਾਹ ਠੀਕ ਹੈ। ਹਰੀ ਸਿੰਘ ਮੈਂ ਕਾਫੀ ਦੇਰ ਸੇ ਆਪਕੀ ਬਾਤੇਂ ਸੁਣ ਰਹਾ ਹੂੰ ਮਾਸ਼ਾ ਅੱਲਾਹ, ਮੁਝੇ ਥੋੜ੍ਹਾ ਸਾ ਜੋ ਹੈ ਵੋ ਅਲਹਮਦੁਲਿਲਲਾਹ ਪਹਿਲੇ ਸੁਣਨ ਸੇ ਤੋਂ ਲੱਗਿਆ ਮੇਰਾ ਵੀ, ਔਰ ਅਲਹਮਦੁਲਿਲਲਾਹ ਪੀਰ ਮੁਰਸ਼ਿਦ ਵਾਲੇ ਹੈ, ਆਪਕੀ ਅੱਛੀ ਬਾਤੇਂ ਹੈ ਮਾਸ਼ਾ ਅੱਲਾਹ, ਔਰ ਇਸ ਪੇ ਕੰਮ ਕਰਨੇ ਕੀ ਅਸ਼ਦ ਜ਼ਰੂਰਤ ਵੀ ਹੈ ਅਬੂ ਹਸਨ ਭਾਈ। ਜਜ਼ਾਕ ਅੱਲਾਹ ਜੀ, ਅੱਲਾਹ ਪਾਕ ਆਪਕੋ ਜਜ਼ਾਏ ਖੈਰ ਦੇ ਔਰ ਇਮਾਨੇ ਕਾਮਿਲ ਅੱਲਾਹ ਤਾ ਫਰਮਾਏ। ਅੱਜ ਫੈਜ਼ਾਨ ਬਾਈ ਔਰ ਅਬੂ ਹਸਨ ਬਾਈ ਮੈਂ ਇੱਕ ਹੋਰ ਜੋ ਹੈ ਨਾ ਵੋ ਬਾਤ ਕਰਨੇ ਕੀ ਤਰਫ ਇੱਕ ਤਰਫ ਇਸ਼ਾਰਾ ਕਰਨਾ ਚਾਹਤਾ ਹੂੰ। ਕੁਛ ਦੋਸਤ ਕੁਛ ਐਸੀ ਬਰਾਡੇ ਵੀ ਥੀ ਜਿੱਧਰ ਮੈਂ ਖੁਦ ਗਿਆ ਵੀ ਹੂੰ ਔਰ ਮੈਨੇ ਜਾ ਕੇ ਸੁਣਿਆ ਹੈ ਤੋਬਾ ਅਸਤਗਫਾਰ ਤੋਬਾ, ਜਿੱਧਰ ਯਜ਼ੀਦ ਕੋ ਰਜ਼ੀ ਅੱਲਾਹ ਤਾਲਾ ਨਾ ਹੋ ਕੇ ਆ ਜਾ ਰਿਹਾ ਹੈ। ਅਸਤਗਫਿਰੁੱਲਾਹ, ਮੈਂ ਉਹਨੀ ਕੀ ਬਾਤ ਕਰ ਰਹਾ ਹੂੰ, ਮੈਂ ਅਭੀ ਜੋ ਮੈਨੇ ਇਸ਼ਾਰਾ ਕੀਆ ਨਾ ਜੀ ਉਹਨੀ ਕੀ ਤਰਫ ਇਸ਼ਾਰਾ ਕੀਆ ਹੈ ਕਿ ਭਈ ਐਸੇ ਲੋਕ ਹਮਾਰੇ ਕੋਈ ਸਾਥੀ ਨਹੀਂ, ਐਸੇ ਲੋਕ ਹਮਾਰੇ ਕੋਈ ਦੋਸਤ ਨਹੀਂ, ਐਸੇ ਲੋਕੋ ਸੇ ਹਮਾਰਾ ਬਿਲਕੁਲ ਕੋਈ ਤਾਲੁਕ ਨਹੀਂ ਹੈ, ਜੋ ਯਜ਼ੀਦ ਕੋ ਰਜ਼ੀ ਅੱਲਾਹ ਤਾਲਾ ਅਨਹੋ ਕਹਤੇ ਹੋ ਜਾਂ ਹਜ਼ਰਤ ਅਲੀ ਕੀ ਤਨਕੀਸ ਕਰਤੇ ਹੋ ਜਾਂ ਹਜ਼ਰਤ ਇਮਾਮ ਹਸਨ ਹਜ਼ਰਤ ਇਮਾਮ ਹੁਸੈਨ ਕੀ ਤਨਕੀਸ ਕਰਤੇ ਹੋ, ਹਮਾਰਾ ਐਸੇ ਲੋਕੋ ਸੇ ਬਿਲਕੁਲ ਕਤਅਨ ਕੋਈ ਤਾਲੁਕ ਨਹੀਂ ਹੈ, ਹਮ ਯੇ ਬਿਲਕੁਲ ਜੋ ਹੈ ਐਲਾਨੀਆ ਹਮ ਯੇ ਕਹਿ ਰਹੇ ਹੈਂ। ਅਗਰ ਕਿਸੀ ਕੋ ਅੱਛਾ ਲਗਤਾ ਹੈ ਬੁਰਾ ਲਗਤਾ ਹੈ ਵੋ ਉਸਕੀ ਆਪਣੀ ਇੱਕ ਸਵਾਬਦੀਦ ਹੈ, ਹਮਾਰਾ ਉਸਸੇ ਕੋਈ ਤਾਲੁਕ ਨਹੀਂ ਹੈ। ਅਬੂ ਹਸਨ ਭਾਈ ਹਮ ਜੋ ਹੈ ਨਾ ਕਾਫੀ ਦੋਸਤ ਹੈ ਜੋ ਹਮਾਰੇ ਇੱਕ ਅਹਿਮਦ ਸਿੱਧ ਜਾਮ ਸਾਹਿਬ ਹੈ ਔਰ
شاید آپ نے شاید سنی ہوگی، ان لوگوں نے آڈیو دیکھی ہوگی آپ نے، یا کبھی اتفاق ہوا ہوگا آپ سے، اور ایک بخاری صاحب ہیں ماشاء اللہ اور شجاع بھائی ہیں جی، ہم جب ادھر رافضی کے پاس گئے ہیں مثلا ان کے پاس جا کے ڈیبیٹ کرنے کے لیے کوشش کی ہے، بات کرنے کی کوشش کی ہے، انہوں نے ہمیں اتار دیا ہے۔ اگلے دن بھی ہم کافی دوست گئے ہیں تو جب جا کے بات کرنے لگے تو انہوں نے کہا جی کہ اگر آپ سینی ہیں تو آپ کال پہ نہ آئیں۔ میں نے کہا آپ اگر کہنا چاہتے ہیں، میں تو یہ ایک بات صرف آپ سے کہوں گا کہ آپ اگر کہتے ہیں کہ یزید ٹھیک تھا جی، اللہ ذات قیامت والے دن آپ کا حال جو ہے وہ یزید والا کرے اور ہمیں حسین کے غلاموں کا غلام بنا دے جی، ایسے ہی ایسے ہی۔